ਲੈ ਆ ਕੂੜਾ ਕਿਹਾ ਤੀ ਸਿੱਟਣ ਨੂੰ ਵਿਮੜਿਆ ਆ ਤਾਂਸਲਾ ਸਿੱਟਿਆ ਹੁੰਦਾ ਕੂੜੇ ਦਾ ਆ ਕੂੜੇ ਦਾ ਤਾਂਸਲਾ ਪਿਆ ਤੀ ਨਿੰਮਾ ਸੰਗ ਸ਼ਰਮ ਨਹੀਂ ਆਉਂਦੀ ਮੇਰੇ ਤਾਂ ਸ਼ਰਮ ਆਉਣ ਲੱਗ ਗਈ ਸਾਰੇ ਰੋਕ ਕਹਿਣ ਲੱਗ ਗਏ ਕੂੜਾ ਸਿੱਟ ਦਿਆ ਕਰ ਕਦੇ ਗੋਹਾ ਸਿੱਟ ਦਿਆ ਕਰ ਇਹੀ ਕੰਮ ਰਹਿ ਗਿਆ ਤੇਰੇ ਲੱਭੇ ਤਾਂ ਨਾ ਮਾਂ ਨਾ ਕੰਮ ਕਰਾਉਣ ਦਾ ਕੀ ਤੈਨੂੰ ਸੰਗ ਸ਼ਰਮ ਵੇ ਬਹੂਆਂ ਨਾਲ ਤਾਂ ਸੁਣਦੇ ਆ ਵੀ ਸ਼ਰਮ ਆਉਂਦੀ ਆ ਵੀ ਬਹੂ ਜੋਰ ਜੋਰ ਦਾ ਗੁਲਾਮ ਬਣ ਜਾਂਦਾ ਹੈ ਅੱਛਾ ਨੂੰ ਚਾਹੀਦੀ ਹੈ ਤੈਨੂੰ ਫਿਰ ਮੇਰਾ ਵਿਆਹ ਕਰਵਾ ਦੇ ਪਰ ਇਹ ਸਾਰਾ ਕੰਮ ਤਾਂ ਕਰਿਆ ਕਰੂ ਨਾ ਗੱਲ ਸੁਣ ਮੇਰੀ ਜਦ ਤਾਂ ਮੈਂ ਤੇਰੇ ਹਾੜੇ ਕੱਢ ਦਿੱਤੀ ਮੈਂ ਮਾਂ ਪੜ੍ਹ ਲਾਂ ਮੇਰੀ ਨੌਕਰੀ ਲੱਗ ਜੂ ਕੋਈ ਹੈਂ ਵੀ ਉਦੋਂ ਤਾਂ ਮੇਰੇ ਰਿਸ਼ਤੇ ਵਾਲੇ ਤੇ ਅਕੇ ਲੈਣ ਲੱਗੇ ਹੋਏ ਤੇ ਹੁਣ ਤੈਨੂੰ ਐਡੀ ਛੇਤੀ ਕਿੱਥੇ ਲੈ ਕੇ ਡੋਲਾ ਆ ਤਾਂ ਦੱਸ ਦੇ ਮੈਨੂੰ ਓ ਮਾਂ ਪੜ੍ਹਾਈ ਵੀ ਜ਼ਰੂਰੀ ਦੀ ਮੈਨੂੰ ਆਦੀ ਕੋਈ ਨੌਕਰੀ ਮਿਲ ਜੂ ਸਿਖਾ ਲੈ ਹੋ ਜਾਗੇ ਪਰ ਆ ਮਾੜੀਆਂ ਸਰਕਾਰਾਂ ਭੈਣ ਦੇ ਖਸਮਾਂ ਦੀਆਂ ਕੋਈ ਪੜ੍ਹੇ ਲਿਖੇ ਦੀ ਕਾਦਰ ਨਹੀਂ ਹੈਗੀ ਮੈਂ ਤਾਂ ਉਮਰ ਵੀ ਲੰਘਾ ਲਈ ਆਪਦੀ ਕੋਈ ਛੱਡੀ ਛੁੱਡੀ ਪਾ ਲੈ ਆਹੋ ਤੂੰ ਗੱਲ ਸੁਣ 2-2 ਲੱਖ ਰੁਪਏ ਮੰਗਦੇ ਨੇ ਵਿਚੋਲੇ ਮੈਂ ਨੁੱਸਾਂ ਵਿਚੋਲਾ ਪਾ ਪਾਉਂਦੀ ਨਹੀਂ ਕੋਈ ਇੱਧਰ ਮੇਰੀ ਮਾਸੀ ਹੋਰ 3 ਮਾਸੀਆਂ ਨੇ ਮੇਰੀਆਂ ਸੁੱਖ ਨਾਲ ਆਪਦੀਆਂ ਭੈਣਾਂ ਦੇ ਹਾੜੇ ਕੱਢ ਲੈ ਵੀ ਕਰਾ ਦੂ ਕੋਈ ਮਾੜਾ ਮੋਟਾ ਗੱਲ ਸੁਣ ਕੁੱਤੀਆਂ ਵੀ ਨਹੀਂ ਨੇ ਮੈਂ ਉਹਨਾਂ ਦੇ ਬਾਹੋਂ ਪਾ ਕੇ ਲਿਆਵਾਂ ਹੈ ਇਨਸਾਨ ਆ ਖਨੂ ਕੁੜੀ ਆ ਕੋਈ ਕਿਸੇ ਦੇ ਤੀ ਪੁੱਤਾ ਓਹੋ ਬੇਬੇ ਮੈਂ ਕਦੋਂ ਕਿਹਾ ਬਈ ਆਪਾਂ ਕੱਢ ਲੈਣਾ ਕਿਸੇ ਦੀ ਮੈਂ ਤੈਨੂੰ ਆਈ ਕਿਹਾ ਤੇਰੀਆਂ 3 ਭੈਣਾਂ ਨੇ ਇੱਕ ਅੱਧੀ ਤਾਂ ਸੁਣੇ ਲਊਗੀ ਤੇਰੀ ਮੈਂ ਤੂੰ ਸ਼ਰਮ ਕਰ ਲੈ 1.5 ਕਿੱਲਾ ਆਉਂਦਾ 1.5 ਕਿੱਲੇ 'ਚ ਕੀ ਕਮਾਵੇਂਗਾ ਕੀ ਖਾਵੇਂਗਾ ਇਹ ਤਾਂ ਦੱਸ ਦੇ ਤੈਨੂੰ ਕਹਿ ਦੀ ਪੜ੍ਹਾਈ ਦੇ ਤਾਂ ਪੜ੍ਹਾਈ ਦੇ ਪੈਸੇ ਲਾ ਤੇ ਇਹਨਾਂ ਕੋਈ ਕੰਮ ਨਹੀਂ ਲੱਗਿਆ ਓ ਮਾਂ ਇਹਦਾ ਬੈਮ ਨੇ ਸਾਰੇ ਆ ਭੋਲੇਗਾ ਮੱਦੀ ਆ ਦੇਖ ਲੈ 10 ਕਿੱਲੇ ਦੇ ਮੇਰੇ ਸਾਲੇ ਦਾ ਨਾਲ ਦਾ ਸਮੈਕ ਜਿਸ ਦੱਸ ਦੇ 10 ਕਿੱਲੇ ਵੇਚ ਤੇ ਨਾਲੇ ਭੈਣ ਦਾ ਖਤਮ ਕੂੰਜ ਵਰਗੀ ਲਈ ਬੈਠੇ ਆ ਗੱਲ ਸੁਣ ਮੇਰੀ ਉਹਨਾਂ ਦਾ ਕੀ ਰਿਸ ਕਰ ਲਾਂਗੇ ਆਪਾਂ ਆਪਦੇ ਗੱਲ ਸੁਣ ਆਪਦੇ ਕਰ ਕਰੀ ਨਿਗਾ ਮਾਰ ਲੋ ਓਏ ਮੈਂ ਕਦੋਂ ਕਹਿਣਾ ਆਪਾਂ ਨੇ ਰੀਸ ਕਰਨੀ ਆਪਣੇ ਕੋਲ 1.5 ਕਿੱਲੜੀ ਬਚੀ ਤਾਂ ਹੋਈ ਐ ਉਹਨੇ 10 ਦੇ 10 ਚੱਕ ਤੇ ਜੇ ਤੂੰ ਕੁਛ ਕਰੇਗਾ ਤਾਂ ਹੀ 1.5 ਕਿੱਲਾ ਬਚੂਗਾ ਮੈਂ ਕਰਦਾ ਕੀ ਨਹੀਂ ਕੋਈ ਕਿਉਂ ਮੈਂ ਰੋਟੀ ਦਾ ਬੈਲ ਇੱਕ ਆ ਉਹ ਵੀ ਦੇਣੀ ਹੁੰਦੀ ਆ ਦੇ ਦਿਆ ਕਰ ਨਹੀਂ ਭਾਈ ਮੈਂ ਦੌਰਾ ਪਰਾ ਖਾਇਆ ਕਰੂ ਮੇਰੇ ਤਾਂ ਗੋਡੇ ਖੜ ਗਏ ਗੋਡੇ ਖੜ ਗਏ ਮੈਥੋਂ ਜਦ ਤਾਂ ਮੈਂ ਤੈਨੂੰ ਕਹਿੰਦੀ ਸੀ ਵੀ ਰਿਸ਼ਤਾ ਲੈ ਲੈਨੇ ਆ ਰਿਸ਼ਤਾ ਲੈ ਲੈਨੇ ਆ ਹਾੜੇ ਕੱਢ ਲੈ ਤੇਰੇ ਮੈਂ ਟੀ ਛੇਤੀ ਮੈਂ ਦੱਸ ਕਿ ਮੇਰੇ ਹੱਥਾਂ ਧਰੇ ਵੇ ਡੋਲਾ ਵੀ ਤੈਨੂੰ ਲਿਆ ਕੇ ਬਿਠਿਆ ਦਾ ਤੇਰੇ ਘਰੇ ਉਹ ਫੁੱਟੇ ਮੇਰੇ ਕਰਮ ਮੈਂ ਪੜ੍ਹਾਈ ਦੇ ਲਾਲਚ ਜਿ ਫਿਰੀ ਗਿਆ ਵੀ ਜਾ ਫਿਰ ਬਣ ਪੱਤਨ ਲੱਗ ਜਾਾਂਗੇ ਇਹਦੀ ਭੈਣ ਦੇ ਕਿਹੜੀਆਂ ਨੌਕਰੀਆਂ ਨੇ ਅੱਜ ਕੱਲ ਇਹਦਾ ਜਿਹਦੇ ਲਵੇ ਪੈਸਾ ਸਾਰਾ ਕੁਝ ਹੋ ਸੇ ਅੱਜ ਕੱਲ ਤਾਂ ਕਹਾਵਤ ਉਹ ਹੈ ਧੋਬੀਆਂ ਦਾ ਕੁੱਤਾ ਨਾ ਘਰ ਦਾ ਨਾ ਕਾੜਦਾ ਉਹ ਕੰਮ ਹੋ ਰਿਹਾ ਉਹ ਕੰਮ ਹੋ ਗਿਆ ਨਾ ਤੂੰ ਉਧਰ ਜੋਗਰਾ ਰਿਹਾ ਨਾ ਉਧਰ ਜੋਗਰਾ ਰਿਹਾ ਕਾਣਾ ਨਾ ਨੌਕਰੀ ਜੋਗਾ ਰਿਹਾ ਨਾ ਤੀਵੀਂ ਜੋਗਾ ਰਿਹਾ ਮੇਰਾ ਦੋਹੇ ਪਾਸੇ ਮਾਰ ਖਾ ਗਿਆ ਨਾ ਮੈਨੂੰ ਡੋਬਿਆ ਨਾ ਮੈਂ ਬੈਠੀ ਆ ਮੰਜੇ ਤੇ ਗੋਡੇ ਰਗੜਨ ਗਏ ਮੈਂ ਕਿਸਰ ਕਿਸੇ ਕਦਾ ਮੈਂ ਰੋਟੀਆਂ ਬਣਾਉਣੀਆਂ ਤੈਨੂੰ ਇਹ ਨਹੀਂ ਕਿਹਾ ਵੀ ਤਾਂਸ ਲੱਗੋ ਆ ਕੁੜੇ ਦਾ ਸਿੱਟਿਆ ਓਏ ਤਾਂ ਮੈਂ ਸਿੱਟਿਆਉਂਗਾ ਮੇਰੀ ਗੱਲ ਸੁਣ ਰੋਜੇ ਸੜਦਾ ਗੱਲ ਸੁਣ ਮੇਰੀ ਮੈਂ ਤਾਂ ਇਹ ਕਹਿੰਦਾ ਦੀ ਕੋਈ ਮਿੱਤਰ ਮਿਲਿਆ ਦੀ ਮੈਨੂੰ ਹਾਂ ਕਹਿੰਦਾ ਤੇਰਾ ਊ ਤਾਂ ਹੁੰਦਾ ਨਹੀਂ ਦੇਖ ਮਲੰਗ ਛੜੇ ਮਲੰਗ ਦਾ ਕਹਿੰਦਾ ਇੱਕ ਛੱਡੀ ਹੋਈ ਹੈਗੀ ਨਾਲ ਕੁੜੀ ਇੱਕ ਆ ਛੋਟੀ ਜੀ ਆਹੋ ਕਿਉਂ ਫੁੱਕਣੀ ਆ ਮੈਂ ਕਿਸੇ ਦੇ ਲਾਦ ਲਾਉ ਰੱਖੇ ਹੁਣ ਕੋਈ ਨਹੀਂ ਮੈਨੂੰ ਕਟਰੀਨਾ ਕੈਫ ਦਿੰਦਾ ਰੇ ਹੁੰਦਾ ਹੈਗਾ ਬਥੇਰਾ ਹੋ ਜੂਗਾ ਰਿਸ਼ਤਾ ਚੱਲ ਕੋਈ ਨਾ ਤੂੰ ਕੰਮ ਕੰਮ ਲੱਗ ਜਾ ਕੋਈ ਆਪੇ ਆ ਜੂ ਕੋਈ ਨਾ ਕਿਧਰ ਕਿਸ ਪਾਸੇ ਆਪਾਂ ਨਹੀਂ ਜਵਾਕ ਜੂ ਕਰੀ ਲੈਂਦੇ ਭਾਈ ਮੈਂ ਕਿਸੇ ਦਾ ਕਿਉਂ ਮੈਂ ਹੋ ਕਰਾਂ ਇੱਥੇ ਕੁੜੀ ਵਿਆਹਣੀ ਪਊਗੀ ਕਿੱਥੋਂ ਲਿਆਵੇਂਗਾ ਤੂੰ 20 ਲੱਖ ਰੁਪਇਆ ਜਿਹੜੀ ਨਵੀਂ ਲਿਆਏਂਗੀ ਜੇ ਪੜਾਉਣੇ ਉਹਨੇ ਕੁੜੀ ਜੰਮਤੀ ਉਗੜਾ ਵਿਆਉਣੀ ਨਹੀਂ ਪਊਗੀ ਤਾਂ ਆਪਦਾ ਤਾਂ ਖੂਨ ਹੋਊਗਾ ਆਪਦਾ ਹੋਊਗਾ ਨਾਲੇ ਹੋਰ ਇਹੀ ਸੋਚਾਂ ਮਾਰਦੇ ਨੇ ਉਹਦਾ ਕਹਣਾ ਮੇਰੀ ਅੱਧੀ ਉਮਰ ਦਾ ਪੜਾਈ ਚ ਲੰਗੀ ਅੱਧੀ ਹੁਣ ਐ ਲੰਘ ਜੂਗੀ ਵੀ ਉਹ ਕੁਮਾਰੀ ਲਿਆਵਾਂਗੇ ਕੁਮਾਰੀ ਲਿਆਵਾਂਗੇ ਮੈਂ ਤਾਂ ਕਹਿਣਾ ਵਧੀਆ ਕੱਲ ਨੂੰ ਬਗ ਚੱਲਦੇ ਦੋਏ ਜੀ ਪਾ ਕੇ 2 ਹਾਰ ਜੇ ਨਾ ਖਰਚਾ ਨਾ ਕੁਛ ਹੋਰ ਆ ਲਿਆਉਣੇ ਪਰੇ ਉਹ ਹੀ ਨਾ ਤੋ ਦਿਮਾਗ ਖਰਾਬ ਕਰ ਮੇਰਾ ਹੋਰ ਪਹਿਲਾਂ ਹੀ ਮੇਰਾ ਬਹੁਤ ਦਿਮਾਗ ਖਰਾਬ ਹੋਇਆ ਪਿਆ
ਕਿਤੇ ਹੋਰ ਨਾ ਮੈਥੋਂ ਤੂੰ ਚੌਧਰਦਾਰੀ ਲੈ ਲਈ। ਭੈਣ ਜੀ ਉਹਦਾ ਬਾਹਰ ਨਿਕਲਣੀ ਵੀ ਬਸ਼ਰਮੀ ਆਉਂਦੀ ਹੈ, ਸਾਰੇ ਕਹਦਾ ਦਿਨੇ ਆ ਜਾਂਦਾ ਛੜਾ। ਉਹ ਜਵਾਕ ਜੀ ਦੇਖ ਲੈ ਆਪੇ ਰਿਹਾ ਛੜਾ, ਕਿਸੇ ਨੇ ਕਿਹਾ ਤੈਨੂੰ? ਉਹ ਦਰਸ਼ਨ ਦਾ ਮੁੰਡਾ ਹੈ, ਕਿਵੇਂ ਛੜੇ ਦਾ ਏ? ਉਹਨਾਂ ਦਾ ਦੀਪੇ ਦਾ ਕਿਵੇਂ ਛੜੇ ਚਾਚੇ? ਭੈਣ ਜਦੋਂ ਛੜੇ ਤੋਂ ਬਿਨਾਂ ਨੀ ਬੋਲਦੇ, ਦੱਸ ਕੀ ਕਰਾਂ ਮੈਂ? ਆਪਦੇ ਆਪ ਕੰਡੇ ਹੋ ਕੰਡੇ ਬੀਜੇ ਨੇ ਤਾਂ। ਫਿਰ ਹੁਣ ਕਹਿਦਾ ਨਾ ਤੈਨੂੰ ਕਹਿ ਰਿਹਾ ਵੀ ਕੱਲ ਨੂੰ ਬਾਗ ਚੱਲਦੇ ਆਪਰੇ ਜਾਣਾ। ਮੈਂ ਤੁਹਾਨੂੰ ਕੁੜੀ ਕੜੀ ਲਿਆਉਂਦੀ ਜਾਂਦੇ, ਮੈਂ ਤਾਂ ਲਿਆਉਂ ਕਿ ਕੋਈ ਕੁਮਾਰੀ ਲਿਆਉਣੀ ਚੱਲ ਛੱਡੀ ਹੋਈ ਤਾਂ ਕੋਈ ਵੱਖਰੀ ਗੱਲ ਹੈ, ਜਵਾਕ ਜਵੁਕ ਵਾਲੀ ਮੈਂ ਕੋਈ ਲਿਆਉਂਦੀ ਹੈਗੀ, ਮੈਂ ਫੁੱਪਣੇ ਕਿਸੇ ਦਾ ਖੂਨ ਮੈਂ ਕਦੋਂ ਕਰਾਂ? ਬੜਾ ਪੰਗਾ ਛੜਿਆ ਜਾਣ ਨੂੰ ਮੈਂ ਦੇਖਾ, ਇਹਦੇ ਨਾਲ ਤਾਂ ਰੱਬਾ ਤੂੰ ਚੱਕੇ ਲੈ ਓਏ। ਉਹ ਇੱਕ ਅੱਧੀ ਤੂੰ ਹੀ ਉਡੇਕਦੇ ਉੱਪਰੋਂ ਓਏ, ਜੇ ਸੁਣਦਾ ਮੇਰੇ ਹੱਥਾਂ 'ਚ ਲੈਣੀ ਨਹੀਂ ਪਾਈ ਪਤਾ ਕੁੜੀ ਦੀ, ਹਾਂ ਤੇਰਾ ਬਹਿ ਜੇ ਬੇੜਾ ਓਏ ਰੱਬਾ, ਤੂੰ ਹੀ ਭੇਜ ਦੇ ਕੱਦੀ, ਤੇਰੇ ਮੂਹਰੇ ਹੱਥ ਜੋੜਦਾ ਓਏ। ਆਏ ਓਏ ਰੱਬਾ ਦੱਸ ਕੀ ਕਰਾਂ, ਛੜਾ ਛੜਾ ਕਹਿਣ ਲੱਗ ਗਏ ਸਾਰੇ ਹੁਣ ਤਾਂ, ਤੈਨੂੰ ਵੀ ਨਹੀਂ ਤਰਸ ਆਉਂਦਾ ਕੰਜਰ ਦਿਆ? ਕੋਈ ਜੂਨ ਨਹੀਂ ਛੜਿਆਂ ਦੀ ਓਏ, ਜੇ ਮਟਿਆਰ ਹੁੰਦੀ ਘਰੇ ਆਪੇ ਭਾਂਡੇ ਮਾਂਜਦੀ। ਆਹ ਦੇਖ ਲੈ ਅੱਧੀ ਝੂਠ ਮਾਂਜੀ ਜਾਂਦੀ, ਅੱਧੀ ਵਿੱਚੇ ਰਹਿ ਜਾਂਦੀ ਹੈ। ਮੇਰੇ ਸਾਲੇ ਦਾ ਸਿਆਪਾ ਜਾਣ ਨੂੰ, ਉਹ ਬੁੜੀ ਜੀ ਨੂੰ ਕਿਹਾ ਜੇ ਜੀ ਮਿਲਦੀ ਉਹੀ ਜੀ ਲਿਆਉਣਿਆ, ਉਹ ਨਹੀਂ ਮੰਨਦੀ। ਮੇਰੇ ਤਾਂ ਗੋਡੇ ਦੁਖਦੇ ਨੇ, ਆਪ ਪਈ ਰਹਿੰਦੀ ਆ ਸਾਰਾ ਦਿਨ ਮੰਜੇ 'ਤੇ। ਮੈਨੂੰ ਪੁੱਛ ਜਿਹਨੂੰ ਸਾਰਾ ਕੰਮ ਕਰਨਾ ਪੈਂਦਾ, ਸਾਰਾ ਕੰਮ ਨਹੀਂ ਕਰਨਾ ਪੈਂਦਾ। ਹੋ ਕਿਵੇਂ ਮੀਂਹ 'ਚ ਗਰਮ ਹੋ ਰਿਹਾ ਹੋਏ? ਗਰਮੇ ਹੋਵਾਂਗੇ, ਹੋਰ ਕੀ ਕਰੀਏ ਬਾਈ, ਰੱਬ ਠੰਡ ਕਰਦਾ, ਸਾਡੇ ਭਾਅ ਗਰਮੀ ਹੁੰਦੀ ਆ, ਜੇ ਘਰੇ ਕੋਈ ਹੋਵੇ ਫਿਰ ਤਾਂ ਠੰਡ ਵੀ ਬਣਾਉਂਦੇ ਸੋਹਣੇ ਲੱਗਦੇ ਆ। ਤਾਂ ਹੀ ਤਾਂ ਕਹਿੰਦੇ ਨੇ ਛੜਿਆਂ ਦੀ ਜੂਨ ਮਾਰੀ, ਉਹੀ ਗੱਲ ਹੋ ਰਹੀ ਆ ਬਾਈ, ਮਰ ਜਾਣਾ ਹੈ। ਹੋਰ ਉਹ ਬਾਈ ਤੁਹਾਨੂੰ ਤਾਂ ਮਖੌਲ ਉੜਦੇ ਨੇ, ਕੋਈ ਗੱਲ ਨਹੀਂ ਬਾਈ, ਰੱਬ ਕਿਸੇ ਨਾਲ ਨਾ ਹੀ ਜੀ ਕਰੇ ਜੇ ਹੀ ਮੇਰੇ ਨਾਲ ਕਰਦਾ ਗਾ। ਉਦੋਂ ਤਾਂ ਤੂੰ ਕਲੈਕਟਰ ਬਣਨ ਨੂੰ ਫਿਰਦਾ ਦੀ ਹੈ, ਵੀ ਤਕੜਾ ਮੈਂ ਤਾਂ ਪੜ੍ਹ ਲਿਖ ਕੇ ਪਤਾ ਨਹੀਂ ਮੈਂ ਕਿਹੜਾ ਭੈਣ ਦਾ ਉਹ ਢਾ ਦੂੰਗਾ ਹੈ ਨਵੇਰੇ, ਹੁਣ ਢਾ ਲਾ ਤਾਂ। ਕਿਉਂ ਬਸ਼ਰਮੀ ਦਿੰਦੇ ਹੋ ਯਾਰਾ, ਪੜ੍ਹਾਈ ਤਾਂ ਬਥੇਰੀ ਕਰੀ ਹੈ, ਅੱਧੀਆਂ ਅੱਖਾਂ ਗਾਲਤੀਆਂ, ਇਹਦਾ ਸਰਕਾਰਾਂ ਮਾੜੀਆਂ ਨੇ ਭੈਣ ਦੇ ਖਸਮਾਂ ਦੀਆਂ, ਕੀ ਕਰੀਏ ਬਾਈ। ਇਹ ਤਾਂ ਜਿਹਦੇ ਕੋਲ ਪੈਸਾ ਨੌਕਰੀ ਵੀ ਉਹਦੀ ਹੈ ਬਾਈ, ਅੱਜ ਕੱਲ੍ਹ ਤਾਂ ਸਾਰਾ ਕੁਛ ਪੈਸੇ ਦਾ ਰਹਿ ਗਿਆ, ਪੈਸੇ ਦਾ ਤਾਂ ਰਹਿ ਗਿਆ। ਪਰ ਐਂ ਹੈ ਜੇ ਤੂੰ ਮੇਰਾ ਕੋਈ ਫਾਇਦਾ ਕਰਦੇ ਨਾ ਤਾਂ ਮੈਂ ਤੇਰਾ ਫਾਇਦਾ ਕਰਦਾ। ਤੇਰਾ ਕੀ ਫਾਇਦਾ ਕਰਾਂ ਦੱਸ? ਤੈਨੂੰ ਪਤਾ ਹੈ ਮੈਂ ਕਾਹਦਾ ਸ਼ੌਕੀਨ, ਇੱਕ ਤਾਂ ਚਾਹੀਦੀਆਂ ਮੈਨੂੰ ਰੂੜੀ ਮਾਰਕਾ ਐਨ ਪਿਓਰ। ਓਹੋ ਉਹ ਪਤੰਦਰਾਂ ਵੀ ਗੱਲ ਹੈ, ਪਰਸੋਂ ਕੱਢੀ ਹੈ ਟੋਲੀ, ਚਾਹੇ ਦੋ ਪੈਪਸੀਆਂ ਲੈ ਜੀ, ਹੋਰ ਦੱਸ? ਪੈਪਸੀਆਂ ਪੂਪਸੀਆਂ ਨਾਲ ਨਹੀਂ ਗੱਲ ਬਣਦੀ, ਹਾਂ 5 ਲੀਟਰ ਲੱਗੂ। ਉਹ 5 ਲੈ ਜੀ, ਤੂੰ ਗੱਲ ਦੱਸ ਕੀ ਆ ਫਿਰ, ਪਹਿਲਾਂ ਭੱਜਿਆ ਦੇ ਤੂੰ ਕਦੇ, ਜਦ ਐਂ ਕਹਿ ਵੀ ਪਹਿਲਾਂ ਭੁਲਾਈ ਨਹੀਂ ਪਈ ਤੈਨੂੰ। ਉਹ ਪਹਿਲਾਂ ਤਾਂ ਤੂੰ ਮੂੰਹ ਜਿਹਾ ਗੱਲਾਂ ਕਰਕੇ ਛੱਡ ਦੇਣਾ ਯਾਰ। ਓਏ ਪਹਿਲਾਂ ਪਤਾ ਗੱਲ ਕੀਤੀ ਜੱਸੇ, ਪਹਿਲਾਂ ਤਾਂ ਆਪਾਂ ਮੁੱਲ ਲਿਆਉਂਦੇ ਹੁੰਦੇ ਤੇ ਯਾਰ, ਉਹਦਾ ਅਗਲਾ ਪਤਾ ਨਹੀਂ ਚੱਪਲਾਂ ਪਾਉਂਦਾ ਵਿੱਚ ਪਤਾ ਨਹੀਂ ਨਾ, ਹੁਣ ਆਪਾਂ ਆਪਦੀ ਘਰੀ ਕੱਢਣ ਲੱਗ ਗਏ ਜਦੋਂ ਪੀਤੇ ਬਿਨਾਂ ਸਰਦੀ ਨਹੀਂ ਹੈਗੀ। ਤਾਂ ਹੀ ਤਾਂ ਤੇਰੇ ਕੋਲ ਆਏ ਹਾਂ ਵੀ ਨਾਲੇ ਤਾਂ ਅੱਜ ਮੀਂਹ ਜਿਹਾ ਪਈ ਜਾਂਦਾ ਹੈ, ਮੁੜ ਜਿਹਾ ਬਣ ਜੂਗਾ ਵੀ ਨਾਲੇ ਤੈਨੂੰ ਚੱਲ ਕੋਈ ਗੱਲਬਾਤ ਸੁਣਾਇਆ ਵਾਂ। ਓਹੋ ਇਹ ਵੀ ਕੋਈ ਵੱਡੀ ਗੱਲ ਹੈ, ਲਿਆਵਾਂ ਚੱਕ ਕੇ ਬੋਤਲ ਹੁਣੇ। ਕੋਈ ਨਹੀਂ ਬਣਾ ਲਿਆ ਮੂੜ, ਪਹਿਲਾਂ ਗੱਲ ਸੁਣ ਲੈ ਤੂੰ। ਉਹ ਕੀ ਸੁਣਾਇਆ ਗੱਲ, ਮਖੌਲ ਤੂੰ ਕਰੇਂਗਾ ਦੋ ਪਈ, ਜਿੱਥੇ ਸਾਰੇ ਕਰਦੇ ਨੇ ਉੱਥੇ ਤੇਰੀਆਂ ਸੁਣ ਲੈਣੇ ਆ। ਮਖੌਲ ਨਹੀਂ ਕਰਦਾ ਚਰਨਿਆ, ਮੈਂ ਗੱਲ ਤੈਨੂੰ ਪਹਿਲੀ ਦੱਸ ਦਿੰਦਾ, ਕਿਉਂਕਿ ਜੇ ਮੈਂ ਲਾ ਲਿਆ ਪੈਗ ਫਿਰ ਮੈਨੂੰ ਨਹੀਂ ਸੁਰਤ ਰਹਿਣੀ ਵੀ ਤੈਨੂੰ ਦੱਸਣ ਆ ਗਈ ਤੀ ਅਤੇ ਜਿੱਥੋਂ ਪੁੱਛਣ ਆ ਗਈ ਤੀ। ਅੱਛਾ ਹਾਂ ਹਾਂ ਫਿਰ ਦੱਸ ਕੀ ਗੱਲ ਹੈ? ਗੱਲ ਆਏ ਹੈ ਮੇਰੇ ਵੀਰ, ਮੇਰੀ ਨਿਗਾਹ ਦੇ ਵਿੱਚ ਇੱਕ ਕੁੜੀ ਹੈ। ਅੱਛਾ ਸੋਹਣੀ ਸੁਣੱਖੀ ਹੈ, ਜਮਾਂ ਨਰਮ ਹੈ, ਗਊਂ ਵਰਗੀ ਹੈ। ਅੱਛਾ ਉਹਦਾ ਕਹਿਣਾ ਮਗਰੋਂ ਆ ਕੇ ਸੰਗਣਾ ਮਾਰੀ ਜਾਵੇ, ਪਹਿਲਾਂ ਤਾਂ ਹਰੇਕਾਂ ਹੀ ਕਹਿੰਦੇ ਹੁੰਦੇ ਨੇ। ਓਏ ਨਹੀਂ ਨਹੀਂ
ਦੁੱਖਾਂ ਦੀ ਮਾਰੀ ਹੈ ਵਿਚਾਰੀ। ਦੁੱਖਾਂ ਦੀ ਮਾਰੀ ਹੈ? ਹਾਂ, ਉਹਨੇ ਕਿੱਥੇ ਲੜਨਾ ਤੇਰੇ ਨਾਲ? ਕਿਉਂ ਬਾਈ, ਉਹਦੇ ਅੱਗੇ ਪਿੱਛੇ ਹੈ ਨਹੀਂ ਵਿਚਾਰੀ ਦੇ ਵੀ। ਬਸ ਹੁਣ ਜਿਹੜੀ ਮੈਂ ਤੈਨੂੰ ਗੱਲ ਕਹਿਣ ਲੱਗਿਆ, ਇਹ ਤਾਂ ਵਿਚਾਰ ਕਰ ਲਈ ਤੂੰ ਆਪਦੀ ਮਾਂ ਨਾਲ, ਤਾਈ ਨੂੰ ਪੁੱਛ ਲਈ, ਜੇ ਤਾਂ ਮੰਨਦੀ ਹੈ ਫਿਰ ਤਾਂ ਕੋਈ ਹੀਲਾ ਹੋ ਜੂਗਾ, ਜੇ ਤਾਈ ਨੇ ਤੇਰੇ ਵਾਲੀ ਹਿੱਕੜ ਰੱਖੀ ਫਿਰ ਬਾਈ ਮਾਂਜੀ ਚੱਲੀ ਭਾਂਡੇ। ਉਹ ਕੋਈ ਨਾ, ਉਹਨੂੰ ਤਾਂ ਮੈਂ ਆਪੇ ਸਮਝਾ ਦੂੰਗਾ, ਤੂੰ ਗੱਲ ਦੱਸ ਕੀ ਹੈ ਸਰ? ਗੱਲ ਆਏ ਹੈ, ਤੂੰ ਜਮੀ ਨਾ ਉਹ ਕਰ ਯਾਰ, ਤੂੰ ਅੰਦਰਲੀ ਗੱਲ ਦੱਸ ਖੁੱਲ ਕੇ। ਪੜ੍ਹੀ ਲਿਖੀ ਤਾਂ ਹੈਗੀ ਹੈ ਨਾ। ਚੱਲ ਪੜ੍ਹੀ ਲਿਖੀ ਨੂੰ ਕਿਹੜਾ ਆਪਾਂ ਨੇ ਡੀਸੀ ਲਾਉਣੀ ਹੈ ਯਾਰ। ਆਏ ਹਾਂ ਯਾਰ, ਮੈਂ ਤੈਨੂੰ ਕੀ ਦੱਸਾਂ, ਮਹੀਨਾ ਕੁ ਹੋਇਆ ਸੀ ਹਲੇ ਵਿਆਹ ਨੂੰ। ਅੱਛਾ, ਮਹੀਨੇ ਤੋਂ ਬਾਅਦ ਹੀ ਉਹਦਾ ਘਰ ਵਾਲਾ ਗਿਆ ਮਾਰਾ। ਅੱਛਾ, ਸੱਪ ਨੇ ਵੱਢ ਲਿਆ। ਉਹ ਤਾਂ ਠੀਕ ਹੈ, ਸੱਪ ਨੇ ਡੰਗ ਲੱਗਣ ਕਰਕੇ ਉਹਦੀ ਹੋ ਗਈ ਮੌਤ, ਅਤੇ ਉਹ ਵਿਚਾਰੀ ਦੇ ਸਮਾਨ ਚੱਕਿਆ ਗਿਆ। ਅੱਛਾ, ਹੋਰ ਯਾਰ। ਚੱਲ ਉਹ ਤਾਂ ਕੋਈ ਗੱਲ ਨਹੀਂ, ਉਹ ਯਾਰ ਪਹਿਲਾਂ ਵੀ ਮੈਂ ਗੱਲ ਕਰੀ ਦੀ ਮਾਂ ਨਾਲ, ਕਹਿੰਦੀ ਨਾ ਆਪਾਂ ਨਹੀਂ ਲੈਂਦੇ ਜੀ, ਬਾਕੀ ਯਾਰ ਤੂੰ ਮੇਰੇ 'ਤੇ ਛੱਡ ਦੇ। ਉਹ ਤੂੰ ਤਾਂ ਡੰਗਰ ਆਏ ਯਾਰ, ਇੱਕ ਮਹੀਨੇ 'ਚ ਪਹਿਲਾਂ ਦੱਸ ਮੈਨੂੰ ਕੀ ਫਰਕ ਪੈ ਜੂਗਾ। ਉਹੀ ਤਾਂ ਗੱਲ ਮੈਂ ਕਹਿਣਾ, ਇਹ ਤਾਂ ਮੈਂ ਆਪੇ ਸਮਝਾ ਦੂੰ ਬੇਬੇ ਨੂੰ। ਤੂੰ ਬੇਸ਼ੱਕ ਤਾਈ ਨੂੰ ਐਂ ਕਹਿ ਦੀ ਵੀ ਬਸ ਇਹਦਾ ਇੱਕ ਰਾਤ ਹੀ ਲਾ ਕੇ ਆਏ ਸੀ, ਵੀ ਦੂਜੇ ਦਿਨ ਉਹ ਬੰਦਾ ਮਰ ਗਿਆ, ਪਤਾ ਨਹੀਂ ਕੀ ਹੋ ਗਿਆ, ਅਤੇ ਐਂ ਕਰ ਲਈ, ਬਾਕੀ ਸਾਂਭ ਲਾਂਗੇ ਯਾਰ ਗੱਲਬਾਤ। ਉਹ ਤਾਂ ਕੋਈ ਗੱਲ ਨਹੀਂ, ਨਾਲੇ ਐਂ ਹੈ ਦੇਖ, ਨਾਲੇ ਤਾਂ ਤੇਰੀ ਰੋਟੀ ਪੱਕਦੀ। ਇਹ ਤਾਂ ਹੈ ਯਾਰ, ਆਹ ਦੇਖੀ, ਉਹ ਤਾਂ ਕਹਿੰਦਾ ਦੀ ਮੇਰੇ ਤਾਂ ਗੋਡੇ ਦੁਖਦੇ ਨੇ, ਹੱਥ ਗਲ ਗਏ ਸਾਰੇ। ਨਾਲੇ ਉਹਨੂੰ ਵਿਚਾਰੀ ਨੂੰ ਕਿਨਾਰਾ ਮਿਲ ਜੂਗਾ ਡੁੱਬਦੀ ਨੂੰ, ਠੀਕ ਹੈ? ਚੱਲ ਫਿਰ ਐਂ ਕਰ, ਹੁਣ ਪੈਗ ਲਵਾ ਦੇ ਕਰ। ਆ ਜਾ ਯਾਰ, ਗੱਲ ਆ ਕੋਈ, ਦੇਖ ਲੈ। ਪਹਿਲਾਂ ਤਾਂ ਮੰਨਿਆ ਨਹੀਂ, ਵਿਚੋਲੇ ਗੇੜੇ ਦੇ ਗੇੜੇ ਮਾਰ ਦਿੱਤੀ, ਰਿਸ਼ਤਾ ਲੈ ਲਿਆ, ਰਿਸ਼ਤਾ ਲੈ ਲਿਆ, ਹੈਂ ਹੁਣ ਡੋਲੇ ਭਾਲਦਾ ਕੰਜਰ। ਮੈਂ ਹੁਣ ਛੇਤੀ ਕਿੱਥੋਂ ਡੋਲੇ ਲਿਆ ਕੇ ਦੇਵਾਂ ਇਹਨੂੰ, ਹੈਂ ਹੱਦ ਹੋਈ ਪਈ ਆ ਮੁੰਡੇ ਕਨੀਓ, ਮੇਰੇ ਤੇ ਤਾਂ ਜ਼ਮੀਨ ਹੀ ਤਰਸ ਖਾਧੇ ਨੇ। ਉਹ ਕੀ ਬੁੜ ਬੁੜ ਕਰੀ ਜਾਂਦੀ ਹੁੰਦੀ ਆ ਬੇਬੇ ਸਾਰਾ ਦਿਨ, ਆਏ ਹਾਏ ਜੰਮਣਾ ਨੇ ਰੋਣੀ ਆ ਆਪਦੇ ਨੂੰ। ਅੱਛਾ, ਜੰਮਣਾ ਨੂੰ ਰੋਈ ਜਾਂਦੀ ਹੈ, ਤੈਨੂੰ ਤਾਂ ਸੰਗ ਸ਼ਰਮ ਹੈ ਨੀ, ਤੈਨੂੰ ਕੁੜੀ ਪਿੱਛੇ ਕਹੀ ਨੀ ਹੈਗੀ, ਕੁੜੀ ਕਹਿਣ ਤੈਨੂੰ ਲਿਆਉਣ ਵਾਸਤੇ ਕਿਹਾ ਸੀ। ਗੱਲ ਸੁਣ ਲੈ ਮੇਰੀ, ਜਿਹੜੀ ਉਹ ਮਹੀਨੇ ਬਾਅਦ ਉਹਨੂੰ ਖਾ ਗਈ, ਤੈਨੂੰ ਕੀ ਬਖਸ਼ ਤੂੰ ਕਹੀ ਜੀ ਅਬ ਸ਼ੁਕਰੀ ਦਾ ਮੈਂ ਰਿਸ਼ਤਾ ਲੈਣ ਲੱਗੀ ਆ। ਓ ਮਾਂ, ਓਏ ਉਹ ਕੀ ਉਹਦੇ ਵਿਚਾਰੀ ਦੰਦੀਆਂ ਵੱਟ ਕੇ ਖਾ ਗਈ, ਇਹਦਾ ਰੱਬ ਦਾ ਭਾਣਾ ਹੈ, ਖਬਰ ਹੈ ਕਦੋਂ ਕਿਹਨੇ ਤੁਰ ਜਾਣਾ। ਬੇ ਉਹਨੇ ਘਰੇ ਆ ਗਏ ਤੇ ਜਾ ਕੇ ਨਿਰੰਗ ਲਾਏ ਉਰੇ ਕੀ ਲਾਊਗੀ, ਮੈਂ ਤਾਂ ਦੇਖਣ ਨੂੰ ਕੱਲਾ ਕੱਲਾ ਪੁੱਤ ਆ, ਮੈਂ ਕੀ ਕਰ ਲੂੰਗੀ, ਮੈਂ ਕਿਹੜੇ ਪਾਸੇ ਹੋਵਾਂ। ਨਾ ਰੰਗ ਲਾਉਣ ਨੂੰ ਤੂੰ ਉਹਨੂੰ ਦੇਖਿਆ ਹੀ ਪਹਿਲੀ, ਖਬਰ ਹੈ ਵਿਚਾਰੀ ਕਿਹੜੀ ਬਿਪਤਾ ਜਾ, ਤੂੰ ਅਸਲ ਤਾਂ ਚਾਹੁੰਦੀ ਹੈ ਨਵਾਂ, ਤੂੰ ਮੇਰਾ ਹੋਣ ਹੀ ਨਹੀਂ ਦਿੰਦੀ। ਮੈਥੋਂ ਨਾ ਕਿਤੇ ਤੂੰ ਚੌਧਰਦਾਰੀ ਲੈਣੀ, ਤੂੰ ਮੈਨੂੰ ਦੱਸਾਂ ਮੈਂ ਬਹੁਤ ਅੱਕੀ ਪਈ ਆ। ਨਾ ਉਦੋਂ ਤੂੰ ਕਹਿੰਦੀ ਵੀ ਚੱਲ, ਮੈਂ ਗੱਲ ਕਰੀ ਦੀ ਬਈ ਕੁੜੀਆਂ ਨਾਲ, ਭਈ ਕੁੜੀਏ ਤਾਂ ਕਹਿੰਦੀ ਮੈਂ ਲੈਂਦੀ ਨੀ, ਜੇ ਊ ਛੱਡੀ ਹੋਈ ਆ ਉਹਦਾ ਲੈ ਲੂੰਗੀ, ਹੁਣ ਤੂੰ ਉਹਦਾ ਵੀ ਮੁੱਕਰ ਲੱਗ ਗਈ। ਛੱਡੀ ਇਹ ਤਾਂ ਊ ਛੱਡ ਦੇ, ਤਲਾਕ ਹੋਇਆ ਹੁੰਦਾ ਤਾਂ ਵੀ ਗੱਲ ਮੰਨ, ਤੂੰ ਇੱਕ ਤਾਂ ਕਹਿੰਦੇ ਵੀ ਹੋਰ ਜਾਤ ਦੀ ਆ, ਹੈ ਇੱਕ ਕਹਿੰਦੇ ਵੀ ਤੂੰ ਵਿਧਵਾ ਹੋਈ ਹੋਈ ਆ, ਮੈਂ ਨਹੀਂ ਇਹੋ ਜਿਹੀ ਦਾ ਰਿਸ਼ਤਾ ਲੈਣਾ। ਓਏ ਮਾਂ, ਮੈਂ ਤੂੰ ਦੱਸਾਂ ਮੇਰੀ ਗੱਲ ਸੁਣ ਲੈ, ਉਹਦਾ ਕਹਿਣਾ ਜਾਤ ਬਰਾਤ ਨਹੀਂ ਦੇਖਿਆ ਕਰ, ਹੁਣ ਤਾਂ ਸਾਰਿਆਂ 'ਚ ਇੱਕੋ ਹੈ। ਮੇਰੀ ਗੱਲ ਸੁਣ, ਦੱਸਾਂ ਫੋਟੋ ਦਿਖਾ ਕੇ ਗਿਆ ਗਾ ਨਹੀਂ,
ਆਪਣੇ ਪਿੰਡ ਜੀ ਕਿਹਦੇ ਵਰਗੀ ਕੋਈ ਸੋਹਣੀ ਹੈਗੀ ਆਹੋ ਤੇ ਸੋਹਣੀ ਨੂੰ ਧੋ ਕੇ ਪੀਵੇਂਗਾ ਗੁਣ ਵੀ ਹੋਣਾ ਚਾਹੀਦਾ ਪੀਵੇਂਗਾ ਗੋਹਾ ਕੂੜਾ ਆਪੇ ਕਰਿਆ ਕਰ ਮੇਥੋਂ ਤਾਂ ਹੁੰਦਾ ਨੀ ਮੇਰੇ ਤਾਂ ਹੱਥ ਖੜੇ ਨੀ ਹੋਣਾ ਪੌਣੀਆਂ ਮੈਂ ਵੀ ਤੈਨੂੰ ਹੱਥ ਬੰਨੇ ਤੇਰੇ ਮੂਹਰੇ ਕੁੜੀ ਲਿਆਉਣੀ ਆ ਤੇ ਚੱਜਦੀ ਲਿਆ ਕੰਜਰਾ ਹੈ ਹੁਣ ਤੂੰ ਐਡੀ ਛੇਤੀ ਹੋ ਜਾਤ ਲਿਆਉਣ ਨੂੰ ਤਿਆਰ ਹੋ ਗਿਆ ਵਿਧਵਾ ਧੀ ਲਿਆਉਣ ਨੂੰ ਤਿਆਰ ਹੋ ਗਿਆ ਹੈ ਜਿਵੇਂ ਖੂਹ ਚ ਡਿੱਗ ਗਿਆ ਤੂੰ ਤਾਂ ਖੂਹ ਜੀ ਡਿੱਗ ਜਾ ਮੈਂ ਤਾਂ ਚੰਗਾ ਇਹਦੇ ਨਾਲ ਤਾਂ ਮਰਨੀ ਚੰਗਾ ਭੈਣ ਦੇ ਖਸਮਾਂ ਦਾ ਜਦੋਂ ਕੋਈ ਬੰਦਾ ਗੱਲ ਨਾ ਸੁਣੀ ਮੇਰੇ ਕੀ ਕੋਈ ਜਜ਼ਬਾਤ ਨੇ ਓਏ ਮੇਰੇ ਬਾਰੇ ਵੀ ਸੋਚ ਲਓ ਗੁੱਸਾ ਮੈਂ ਕਹਿੰਦਾ ਮੈਂ ਤਾਂ ਛੱਡੀ ਮਰੂੰਗਾ ਰੇ ਕਿਉਂ ਰੱਬਾ ਜਨਮ ਦਿੱਤਾ ਤੇ ਇਹ ਘਰੇ ਮੈਨੂੰ ਇਹਦੇ ਨਾਲ ਤਾਂ ਕੁੜੀ ਉਹ ਬਣਾ ਦਾ ਤਾਂ ਕਿਸੇ ਦੇ ਕੰਮ ਤਾਂ ਆ ਜਾਂਦੀ ਭੈਣ ਦੇ ਖਸਮਾਂ ਨੇ ਲਹੂ ਪੀ ਲਿਆ ਮੇਰਾ ਰੱਬਾ ਮੈਂ ਕੀ ਕਰਾਂ ਮੈਂ ਤਾਂ ਨਾ ਉੱਧਰ ਜੁਗ ਰਹੀ ਰਹੀ ਨਾ ਉੱਧਰ ਜੁਗ ਰਹੀ ਰਹੀ ਉੱਧਰ ਜੋਗਾ ਤਾਂ ਮੈਂ ਨਹੀਂ ਰਿਹਾ ਮੈਂ ਵਿਚਾਲੇ ਫਸ ਰਿਹਾ ਚੱਲ ਫਿਰ ਠੀਕ ਹੈ ਚੱਲ ਤੂੰ ਜਿਵੇਂ ਤੂੰ ਕਹਿਣਾ ਚੱਲ ਠੀਕ ਹੈ ਚੱਲ ਆਪਾਂ ਜਾ ਕੇ ਲਿਆਉਣੇ ਆ ਚੁਣੀ ਚੜਾ ਕੇ ਲਿਆਉਣੇ ਆ ਤੂੰ ਖੁਸ਼ ਹੋ ਜਾ ਬਾਬਾ ਗੁਰੂ ਮੈਨੂੰ ਬਖਸ਼ ਦੇ ਮਾਂ ਮੈਂ ਆਪਦੇ ਬਾਰੇ ਨਹੀਂ ਸੋਚਦਾ ਮੈਨੂੰ ਕੰਮ ਵਾਲੀ ਹੋਵੇ ਕੰਮ ਕਰਦੀ ਹੋਵੇ ਘਰ 'ਚ ਐ ਨਾ ਹੋਵੇ ਵੀ ਮੈਂ ਰੱਖੇ ਹੱਥ ਫੂਕ ਰਹੀ ਹੋਵਾਂ ਉਹ ਟੋਰਨਾ ਵਾ ਬਟਨ ਚੜ ਕੇ ਬਖੇ ਫੋਨ ਦੇਖਦੀ ਹੋਵੇ ਮੇਰੀ ਗੱਲ ਸੁਣਾ ਮੈਂ ਤਾਂ ਤੇਰੇ ਬਾਰੇ ਸੋਚਦਾ ਆ ਗੋਡਿਆਂ ਤੋਂ ਤੇਤੋਂ ਨਹੀਂ ਤੁਰਿਆ ਜਾਂਦਾ ਹੁਣ ਤੇਰੇ ਬਹਿ ਕੇ ਖਾਣ ਦੀ ਗੋਡੇ ਖੜਾ ਦੇ ਆ ਕੇ ਆਏ ਕਿਵੇਂ ਫਿਰ ਆਪਣੇ ਕੋਲ ਦੂਜਾ ਮੰਤਰ ਵੀ ਹੈਗਾ ਆਏ ਨੀ ਆਪਾਂ ਜੇਬ ਚੱਲਦੇ ਕਿਸੇ ਦੀ ਹੋਰ ਆਹੀ ਟਾਈਮ ਹੈ ਤੇਰੇ ਬਹਿ ਕੇ ਖਾਣ ਦੀਆਂ ਆ ਲੈ ਰਹੀਆਂ ਮਰਨ ਕੋਈ ਨਾ ਚੱਲ ਠੀਕ ਹੈ ਜਿਵੇਂ ਤੂੰ ਰਾਜੀ ਹੈ ਭਾਈ ਜੇ ਤੂੰ ਰਾਜੀ ਹੈ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਤੇ ਜਾ ਕੇ ਲਿਆਉਣੀ ਸੱਚੀ ਹਾਂ ਚੱਲ ਠੀਕ ਹੈ ਤੂੰ ਆਪਦਾ ਹੁਣ ਤਿਆਰੀ ਕਰ ਲੈ ਮੈਂ ਤਾਂ ਤਿਆਰੀ ਕਰ ਜੱਸੇ ਨੂੰ ਸੁਣ ਗਿਆ ਠੀਕ ਹੈ ਮੈਂ ਲਾਉਣਾ ਫੋਨ ਉਹਨੂੰ ਚੰਗਾ ਸ਼ੁਕਰ ਆ ਰੱਬਾ ਤੂੰ ਖੁਸ਼ ਰਹਿ ਮੰਨਤ ਆ ਗਈ ਮੈਨੂੰ ਤਾਂ ਇਹਦੀ ਵੀ ਛੜੀ ਮਰਾਂਗੇ ਵਾਹ ਰੱਬਾ ਸਾਡੇ 'ਤੇ ਵੀ ਦਿਨ ਆਉਣਗੇ ਹੁਣ ਰੱਬਾ ਪਤਾ ਤੈਨੂੰ ਵੀ ਗਾਲਾਂ ਦੇਈ ਗਿਆ ਵਾਹ ਵੇ ਹੁਣ ਹੋਊਗੀ ਜ਼ਿੰਦਗੀ ਸਿਖਾਲੀ ਸਾਰੀ ਹਰੇਕ ਛੜਾ ਛੜਾ ਹੁਣ ਭੈਣ ਦੀ ਯਾਰ ਤੁਹਾਡੇ ਕਾਲਜੇ ਮੈਂ ਫੁੱਕੂ ਜਦੋਂ ਕੂੰਜ ਵਰਗੀ ਘਰੇ ਲਿਆਂਦੀ ਮੇਰੇ ਸਾਲਿਆਂ ਨੇ ਲਹੂ ਪੀ ਲਿਆ ਬਾਹਰ ਨਿਕਲਣ ਜੋਗਾ ਨਹੀਂ ਛੱਡਿਆ ਕੰਜਰਾਂ ਨੇ ਆਏ ਹਾਏ ਓਏ ਵਾਹ ਰੱਬਾ ਮੇਰੀ ਤਾਂ ਕਿਸਮਤ ਹੀ ਬਦਲਤੀ ਮੈਨੂੰ ਤਾਂ ਇਹਦੀ ਮੇਰੇ ਕਰਮਾਂ 'ਚ ਕੋਈ ਹੈ ਨਹੀਂ ਗੀ ਆਏ ਹਾਏ ਓਏ ਜਮੀ ਚੰਨ ਦਾ ਟੁਕੜਾ ਐਂ ਜੀ ਕਰਦਾ ਬਈ ਦੇਖੀ ਜਾਵਾਂ ਵਾਹ ਰੱਬਾ ਮੈਂ ਤਾਂ ਤੈਨੂੰ ਵੀ ਤਾਨੇ ਮਾਰੀ ਜਾਂਦਾ ਦੀ ਪਤੰਦਰਾ ਜਿਉਂਦਾ ਵੱਸਦਾ ਰਹਿ ਪਰ ਜਿਉਂਦਾ ਵੱਸਦਾ ਤਾਂ ਜੱਸਾ ਰਹੇ ਜਿਹਨੇ ਮੇਰਾ ਘਰ ਵਸਾਤਾ ਨਹੀਂ ਮੇਰੇ ਸਾਲੇ ਦਿਆ ਲੋਕਾਂ ਨੇ ਤਾਂ ਮੈਨੂੰ ਜੀਣ ਨਹੀਂ ਦੇਣਾ ਦੀ ਅੱਧੀ ਉਮਰ ਲੱਗ ਗਈ ਦੀ ਛੜਾ ਕਹਿੰਦੇ ਕਹਿੰਦੇ ਭੈਣੇ ਕੰਨ ਪੱਕ ਗਏ ਦੇ ਤੂੰ ਕਿਉਂ ਸੰਗਦੀ ਹੈ ਤੂੰ ਵੀ ਬੋਲ ਪਾ ਗੁੱਸਾ ਮਸਾਂ ਮੇਰਾ ਘਰ ਵਸਿਆ ਹੈਗਾ ਮੈਨੂੰ ਤਾਂ ਚੌਂ ਹੋ ਰਿਹਾ ਲੈ ਕੀ ਬੋਲਿਆ ਕਰਦੇ ਨੇ ਹੁਣ ਤਾਂ ਆਪਾਂ ਇੱਕ ਹੋ ਗਏ ਉਹਦਾ ਕਹਿਣਾ ਤੇਰੀ ਰੂਹ ਮੇਰੀ ਮੇਰੀ ਰੂਹ ਤੇਰੀ ਉਹ ਕੰਮ ਆ ਹੁਣ ਤਾਂ ਮੈਨੂੰ ਤਾਂ ਲੋਕਾਂ ਨੇ ਤਾਨੇ ਮਾਰ ਮਾਰ ਮਾਰਤਾ ਉਹ ਛੱਡਿਆ ਕਿਵੇਂ ਛੱਡਿਆ ਜਵਾਕ ਵੀ ਐਡੇ ਡਿੱਗ ਵੀ ਲੱਗ ਗਏ ਕਹਿੰਦੇ ਸਾਲੇ ਉਹ ਜਾਂਦਾ ਛੜਾ ਤਾਇਆ ਉਹ ਜਾਂਦਾ ਛੜਾ ਚਾਚਾ ਹੁਣ ਮੱਚਣਗੇ ਕਾਲਜੇ ਮੇਰੇ ਸਾਲੇ ਸ਼ਰੀਕਾਂ ਦੇ
ਜਦੋਂ ਬਰੋਬਰ ਦਾ ਹੋ ਗਿਆ ਫਿਰ ਤਾਂ ਕਹਿੰਦੇ ਮੱਚਦੀ ਹੁੰਦੇ ਨੇ ਸ਼ਰੀਕ ਆ, ਪਰ ਸ਼ਰੀਕ ਕੀ ਕਰਨਗੇ ਹੁਣ, ਮੇਰੇ ਸਾਲ ਦਾ ਡਰ ਲੱਗਿਆ ਰਹੂਗਾ ਬਈ ਮਹੀਨਾ ਘਰ ਪੱਟਦਾ ਨਾ, ਆ ਗਾ ਅਣ ਗੁਆਂਢ ਦੀਆਂ ਭੈਣ ਦੇ ਖਸਮਾਂ ਦੀ ਉਰੇ ਆ ਕੇ ਚੁਗਲੀਆਂ ਕਰਿਆ ਕਰਨਗੀਆਂ, ਉਹਨੂੰ ਐਂ ਡਰ ਲੱਗਦਾ ਵੀ ਹੁਣ ਤੂੰ ਨਾ ਮੇਰੇ ਨਾਲ ਲੜਿਆ ਕਰੇ, ਇੰਨਾ ਕਣੀ ਘੱਟ ਧਿਆਨ ਦਿਆ ਕਰੇ। ਕੋਈ ਨਾ ਜੀ, ਤੁਸੀਂ ਫਿਕਰ ਨਾ ਕਰੋ। ਆਹੋ ਇਹਦਾ ਪਤਾ ਤੈਨੂੰ, ਇਹਦਾ ਲਾਈ ਲੁੱਤੀਆਂ ਲਾਉਣ ਆਈ ਕਰਨਗੀਆਂ ਹੁਣ, ਇਹਨਾਂ ਨੂੰ ਤਾਂ ਐਂ ਅੱਧੇ ਦਾ ਮੇਰੀ ਅੱਖ ਜ਼ਮੀਨ 'ਤੇ ਅੱਖ ਦੀ ਵੀ ਇਹਦਾ ਕਾਹਨੂੰ ਵਿਆਹ ਹੋਵੇ ਮੇਰੇ ਸਾਲੇ ਦਾ, ਵੀ ਜ਼ਮੀਨ ਅਸੀਂ ਸਾਂਭ ਲਾਂਗੇ, ਹੁਣ ਐਂ ਨਹੀਂ ਦੁਬਾਰਾ ਮੇਰਾ ਘਰ ਦੁਬਾਰੇ ਨਾ ਪੱਟਦਾ ਨਾ, ਮੈਨੂੰ ਤਾਂ ਐਂ ਡਰ ਲੱਗਿਆ ਰਿਹਾ ਗੁਰੂ। ਚੱਲ ਹੋਰ ਤਾਂ ਹੋਰ ਆ, ਐਂ ਦੱਸ ਤੇਰੇ, ਚੱਲ ਹੁਣ ਤਾਂ ਮੈਨੂੰ ਕੀ ਲੋੜ ਆ ਗੱਲ ਕਰਨ ਦੀ, ਪਰ ਕਹਿੰਦੇ ਦੁੱਖ ਸਾਂਝਾ ਕਰੇ ਤੋਂ ਘੱਟ ਜ਼ਿਆਦਾ, ਮੈਂ ਤੇਰੀ ਪਿਛਲੀ ਲਾਈਫ ਬਾਰੇ ਗੱਲ ਕਰਨਾ ਚਾਹੁੰਦਾ ਵੀ ਕੀ ਹੋਇਆ ਸੀ। ਦੇਖੋ ਜੀ, ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੀ ਹੋਇਆ ਸੀਗਾ, ਪਰ ਮੈਂ ਹੁਣ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਅੱਜ ਦੀ ਲਾਈਫ ਮੇਰੀ ਤੁਸੀਂ ਹੋ, ਮੈਨੂੰ ਨਵੀਂ ਜ਼ਿੰਦਗੀ ਤੁਹਾਡੇ ਤੋਂ ਮਿਲੀ ਹੈ ਜੀ, ਜੋ ਪਿਛਲਾ ਹੋ ਗਿਆ ਹੋ ਗਿਆ, ਮੈਂ ਉਹਨੂੰ ਭੁੱਲਣਾ ਚਾਹੁੰਦੀ ਹਾਂ ਜੀ, ਅਤੇ ਮੈਂ ਨਵੀਂ ਜ਼ਿੰਦਗੀ ਇੱਕ ਜਿਉਣਾ ਚਾਹੁੰਦੀ ਹਾਂ ਤੁਹਾਡੇ ਨਾਲ, ਜੇ ਤੁਸੀਂ ਮੇਰਾ ਸਾਥ ਦਿਓਗੇ। ਲੈ ਹੈ ਬਾਉਲੀ, ਮੈਂ ਤਾਂ ਤੇਰੇ ਨਾਲ ਆ, ਮੈਨੂੰ ਤਾਂ ਤੇਰਾ ਸਾਥ ਚਾਹੀਦਾ ਸੌਂਕਾ, ਵੀ ਤੂੰ ਮੇਰਾ ਸਾਥ ਦੇਈ ਮਰਦੇ ਦਮ ਤੱਕ, ਮੈਂ ਤਾਂ ਤੇਰਾ ਗਾ, ਜਿੱਥੇ ਮਰਜ਼ੀ ਖੜਾ ਲਈ ਉਹਦਾ ਕਹਾਣਾ, ਜੇ ਸੂਲਾਂ 'ਤੇ ਨਚਾ ਲਈ। ਆਪਾਂ ਵੀ ਬਾਉਲੇ ਹਾਂ, ਪਹਿਲੀ ਰਾਤ ਕੀ ਗੱਲਾਂ ਲੈ ਕੇ ਬਹਿ ਗਏ, ਲੈ ਚੱਲ ਪਈਏ ਹੁਣ ਯਾਰ। ਉਹ ਬੇਬੇ ਹਾਂ, ਇਹੀ ਜੀ ਕਹੀ ਜੀ ਗੱਲ ਹੈ ਜਿਹੜੀ ਤੂੰ ਬਾਹਰ ਲਈ ਅੰਦਰੇ ਨਾ ਬਹਿ ਕੇ ਕਰ ਲੈਦੀ। ਗੱਲ ਸੁਣ ਮੇਰੀ, ਕੰਧਾਂ ਦੇ ਵੀ ਕੰਨ ਹੁੰਦੇ ਨੇ, ਸਭ ਗੱਲਾਂ ਹੁੰਦੀਆਂ ਨੇ ਮਾਂ ਪੁੱਤ ਦੀਆਂ। ਉਹ ਫਿਰ ਉਰੇ ਕਿਹੜਾ ਕੰਧ ਨਹੀਂ ਹੈਗੀ, ਇਹਦੇ ਕਿਹੜਾ ਕੰਨ ਨਹੀਂ ਹੋਣੇ ਮਾਂ, ਉਹੀ ਕੰਧਾਂ ਦੇ ਜੇ ਕੰਨ ਹੁੰਦੇ ਨੇ ਚੱਲ, ਇਹਨਾਂ ਦੇ ਮੂੰਹ ਦੀ ਨਹੀਂ ਹੁੰਦਾ। ਤੂੰ ਮੈਨੂੰ ਸਭ ਗੱਲ ਸਮਝਦਾ ਨਹੀਂ, ਮੈਂ ਤਾਂ ਹੂੰ ਹੀ ਟੱਕਰਾ ਮਾਰ ਦੇ ਪਏ, ਪੜਿਆ ਤੂੰ ਆਏਗਾ ਤੂੰ ਮੈਨੂੰ ਉਹ ਕਰਦਾ ਰਹਿਣਾ, ਹੁਣ ਤਾਂ ਤੂੰ ਰੰਗ ਦਿਖਾਉਣ ਲੱਗ ਗਿਆ। ਓਹੋ ਕਾਹਦੇ ਰੰਗ ਦਿਖਾਏ ਨੇ ਮਾਂ, ਹੋਰ ਕੀ ਹੈ, ਮੈਂ ਤਾਂ ਤੈਨੂੰ ਆਈ ਕਿਹਾ ਭਾਈ ਅੰਦਰ ਬਹਿ ਕੇ ਗੱਲ ਕਰ ਲਾ ਦੀ। ਗੱਲ ਸੁਣ ਲੈ ਮੇਰੀ, ਕੁੜੀ ਲੱਗਦੀ ਤੇਜ਼, ਉਹੀ ਨਾ ਪੈਰਾਂ ਜੁੱਤੀ ਬਣ ਕੇ ਬਹਿ ਜੀ। ਪਹਿਲੇ ਅਜੇ ਆਈ ਨੂੰ ਵਿਚਾਰੀ ਨੂੰ ਅੱਧਾ ਦਿਨ ਨਹੀਂ ਹੋਇਆ, ਤੇਜ਼ ਓ ਹੇ ਮੇਰੇ ਮਾਲਕਾ, ਬਸ ਗਿਰਗਿਟ ਵਾਂਗੂ ਰੰਗ ਬਦਲ ਗਿਆ ਹਨਾ ਤੂੰ। ਓ ਮਾਂ ਰੰਗ ਦੀ ਗੱਲ ਨਹੀਂ ਮੈਂ ਕਰਦਾ, ਆਈ ਨੂੰ ਵਿਚਾਰੀ ਨੂੰ ਅੱਧਾ ਘੰਟਾ ਨਹੀਂ ਹੋਇਆ ਪਹਿਲੀ ਤੇਜ਼, ਤੈਨੂੰ ਇਹੋ ਜਿਹਾ ਉਹਨੇ ਕੀ ਕਹਿਤਾ ਹੁਣ ਸਾਰੀ ਮੰਨ ਗਏ ਤੈਨੂੰ ਪੁੱਤਰਾ, ਤਾਂ ਹੀ ਤਾਂ ਕਹਿੰਦੇ ਆ ਵੀ ਪੁੱਤ ਕਪੂਤ ਹੋ ਜਾਂਦਾ, ਮਾਂ ਕਮਾਂ ਨਹੀਂ ਹੋ ਸਕਦੀ। ਓ ਮਾਂ ਮੈਂ ਕੀ ਤੇਰੇ ਡਾਂਗ ਮਾਰੀ ਵੀ ਉਹਦੇ ਮਗਰ ਲੱਗ ਕੇ ਤੇਰੀ ਕਨੀ ਡੰਡਾ ਚੱਕ ਲਿਆ। ਹੁਣ ਉਹਦੀ ਮੇਰ ਲੈਣ ਲੱਗ ਕੇ ਤੈਨੂੰ ਇਹੀ ਸਮਝਾਇਆ ਵੀ ਉਹ ਕੁੜੀ ਲੱਗਦੀ ਹੈ ਤੇਜ਼ ਆ ਮੜ ਆ ਸੋਚ ਸਮਝ ਕੇ ਚੱਲੀ, ਇੱਕ ਤਾਂ ਨਾ ਤੇ ਉਹਨੂੰ ਘਰ ਦਾ ਭੇਤ ਆ ਨਾ ਤੂੰ, ਮੈਂ ਤੈਨੂੰ ਦੱਸਾਂ ਜੇ ਕੋਈ ਕੰਮ ਲੱਗੇਗਾ ਕਿ ਜ਼ਿਆਦਾ ਤੂੰ ਉਹ ਨਾ ਕਰੀ, ਮੈਂ ਤੈਨੂੰ ਦੱਸਾਂ ਤੂੰ ਰੋਬ ਨਾ ਰਹਿ। ਓਹੋ ਭੇਤ ਦੇ ਨੂਰੇ ਸੋਨੇ ਦੀ ਲੰਕ ਆਪਣੇ ਵੀ ਉਹ ਹਟਾ ਦੂਗੀ। ਓ ਮੇਰੇ ਮਾਲਕਾ, ਤੂੰ ਤਾਂ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦਾ, ਤੂੰ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦਾ ਭਾਈ, ਬਸ ਮੈਨੂੰ ਦੇਖ ਲਿਆ ਮੈਂ ਤੇਰੇ ਕਨੀ, ਸੋਚ ਨਾ ਕਰ, ਦੇਖ ਲਿਆ ਤੇਰੀ ਮੁੰਡਾ ਮੈਂ ਪਰਵਾਹ ਨਾ ਮੰਨਾ, ਐਂ ਕਰ ਲਟਾਉਣਾ ਹੁੰਦਾ ਮੈਂ ਵੀਹ ਨੂੰ ਲਟਾ ਦਾ ਹੁਣ ਨੂੰ। ਉਈ ਬੇ ਤੈਨੂੰ ਬਗਾਨੀ ਆਪਦੀਆਂ ਬਣ ਜਾਣਾ, ਆਪਦੇ ਨੂੰ ਕੌਣ ਯਾਦ ਕਰੇ, ਤੂੰ ਮਾੜਾ ਮੋਟਾ ਸੋਚ ਕੇ ਚੱਲ ਪੈ, ਚੱਲ ਪੈ, ਤੈਨੂੰ ਮੈਂ ਸਮਝਾ ਰਹੀ ਹਾਂ। ਤੂੰ ਤਾਂ ਮੇਰੇ ਮੂਹਰੇ ਮੈਂ ਹੱਥ ਬੰਨਣ ਲੱਗ ਗਈ ਜਿਵੇਂ ਮੈਂ ਤੇਰੇ 'ਤੇ ਖਾਸਾ ਜ਼ੁਲਮ ਕਰਦਾ ਹੋਵਾਂ। ਜ਼ੁਲਮ ਵਾਲੇ ਕੰਮ ਹੋ ਗਿਆ, ਤੂੰ ਤਾਂ ਹੁਣੇ ਲੱਗ ਗਿਆ ਅੱਖੇ ਪੈਰਾਂ ਦੇ ਉਹ ਪੈਰ ਛੱਡ ਗਿਆ ਤੂੰ, ਉਹ ਕਿਵੇਂ ਕੀ ਆ ਗਈ ਤੈਨੂੰ। ਮੈਂ ਤਾਂ ਤੈਨੂੰ ਕਿਹਾ ਮੈਂ ਕੁਛ ਨਹੀਂ ਦੱਸਦਾ ਹੁਣ, ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਨਾਲ ਚੌੜ ਜੀ ਕਰਨ ਲੱਗ ਜਾਣ, ਤੂੰ ਇੰਨੇ ਜੇ ਗਰਮ ਹੋ ਜਾਂਦੀ ਹੈ, ਮੈਨੂੰ ਹਾਸੀ ਜੀ ਆ ਜਾਂਦੀ ਹੈ ਬਈ, ਚੱਲ ਗੁੱਸਾ ਜਿਹਾ ਕੱਢ ਲਿਆ ਆਪਦਾ, ਹੋਰ ਕੀ ਹੈ, ਹੁਣ ਮੈਂ ਤੇਰੀ ਜੰਮਿਆ ਹੋਇਆ, ਤੂੰ ਸੋਚ ਨਾ ਕਰ, ਐਡਾ ਮੈਂ ਮੂਰਖ ਨਹੀਂ ਹੈਗਾ ਵੀ ਇਹਨੂੰ ਭੇਤ ਦਊਂਗਾ। ਜੇ ਤੂੰ ਪਰਿਆ ਇਹ ਗੱਲਾਂ ਪਹਿਲੀ ਕਰ ਲੈਂਦਾ ਮੈਂ ਕਾਹਨੂੰ ਤੇਰੇ ਤੋਂ ਸੌ ਗੱਲਾਂ ਸੁਣਾਉਂਦਾ। ਆ ਤੇਰਾ ਬੀਪੀ ਜਿਹੜਾ ਵਧਣਾ ਦੀ
ਹੁਣ ਸੱਟ ਤਾਂ ਰਹੇਗੀ ਸਾਰਾ ਦਿਨ, ਪੜਾਸ ਕੱਢ ਲਈ ਬਾਤ ਹੈ। ਇਹਦਾ ਮੈਨੂੰ ਤੇਰਾ ਤਰੀਕਾ ਤਾਂ ਹੈਗਾ ਵੀ ਮਾੜਾ ਜਿਹਾ ਤੜਕੀ ਪੜਾਸ ਜੀ ਕਢਾ ਲੈ, ਪਤਾ ਸਾਰਾ ਦਿਨ ਬੇਬੇ ਠੰਡੀ ਰਹਿੰਦੀ ਆ। ਲੋਕਾਂ ਕਨੀ ਦੇਖਦੇ ਆ ਬਈ, ਮਾੜਾ ਮੋਟਾ ਸੋਚ ਕੇ ਚੱਲਣਾ ਪੈਂਦਾ ਆਪਾਂ ਨੂੰ। ਓਹ ਮਾਂ ਸੁਣ ਗਿਆ, ਤੂੰ ਕਿਉਂ ਡਰਦੀ ਐ? ਤੂੰ ਜਮੀ ਨਾ ਟੈਨਸ਼ਨ ਲੈ ਮੇਰੇ ਹੁੰਦੇ, ਊਈ ਨਾ ਚਿੰਤਾ ਕਰਿਆ ਕਰ, ਜਾ ਮੈਂ ਮਾਂ ਨੂੰ ਕੀ ਹੋ ਗਿਆ ਤੂੰ ਮੇਰੇ ਹੁੰਦੇ ਬਸ ਤਾਂ ਹੱਥ ਬੰਨੇ ਤੇ ਮੂਰੇ, ਉਹ ਹੱਥ ਫੇ ਮਾਂ ਤੂੰ ਮੇਰੀ ਦੱਸਦੀਆਂ ਗੱਲ, ਮੇਰੀ ਮਾਂ ਤੂੰ ਮੇਰੇ ਮੂਰੇ ਹੱਥ ਨਾ ਬੰਨਿਆ ਕਰ। ਊਈ ਨਾ ਤੂੰ ਆਖੇ ਮਗ ਪੂਛ ਬਣ ਜੀ ਤੂੰ ਉਹਦਾ, ਓਏ ਤੂੰ ਮਾਂ ਬੇਬੇ ਤੂੰ ਹੀ ਨਾ, ਮੈਨੂੰ ਤਾਂ ਸੋਚ ਲੱਗਦੀ ਆ ਕਿਤੇ ਆ ਭੈਣ ਦੇ ਖਸਮਾਂ ਦਾ ਹੋਰ ਅਟੈਕ ਟੂਕ ਜੇ ਚੱਲ ਰਹੇ ਕਿਤੇ ਟੈਨਸ਼ਨ ਆਵੇਗਾ। ਉਹ ਤੂੰ ਮੈਂ ਤੈਨੂੰ ਕਦੋਂ ਕਹਿਣਾ ਬਈ ਤੂੰ ਤਾਂ ਮਿੰਟ ਚ ਕਹਤਾ ਵੀ ਅੱਧਾ ਘੰਟਾ ਹੋਇਆ ਈ ਨੂੰ ਉਹ ਮੈਂ ਤਾਂ ਤੇਰੇ ਨਾਲ ਚੌੜ ਕਰਦਾ ਦੀ ਇਹ ਕੋਈ ਚੌੜ ਹੁੰਦੀ ਹੈਗੀ। ਉਹ ਤੂੰ ਜਮੀ ਨਾ ਸੋਚ ਕਰ, ਚੱਲ ਤੂੰ ਅੰਦਰ ਵਗ ਜਾ, ਕੋਈ ਨਾ ਮੈਂ ਆਉਂ, ਮੈਂ ਤਾਂ ਵਗ ਜੂੰਗੀ ਤੈਨੂੰ ਸਮਝਾਉਣਾ ਤੇ ਸਮਝਾ ਤਾ ਅੱਗੇ ਤੇਰੀ ਮਰਜ਼ੀ ਆ। ਨਾ ਨਾ ਕੋਈ ਨਾ ਟੈਨਸ਼ਨ ਨਾ, ਓਏ ਮਾਂ ਮੇਰੀ ਤੂੰ ਵੀ ਬਹੁਤ ਟੈਨਸ਼ਨ ਲੈਂਦੀ, ਅਸੀਂ ਮਰ ਜਾਈਂ ਅੱਧੀ ਉਮਰ ਲੰਘ ਗਈ ਤੇਰੀ ਟੈਨਸ਼ਨ ਲੈਂਦੀ ਦੀ, ਦੱਸ ਕਿ ਉਰੇ ਨਾਲ ਲੈ ਜਾਏਗੀ ਸਾਰਾ ਕੁਛ, ਉਹਨੂੰ ਭੇਤ ਨਾ ਦੀ ਆਏ ਨਾ ਕਰੀ, ਭੇਤ ਨੂੰ ਦੱਸ ਕਿ ਉਰੇ ਟੂਮਾ ਚੱਕ ਕੇ ਲੈ ਜਾਂਦੀ ਹੈ, ਹੋਰੇ ਮਰੀ ਜਾਊਗੀ ਸਾਰਾ ਦਿਨ। ਹੋ ਗਿਆ ਟਾਈਮ ਮਹਾਰਾਣੀ ਝਾੜੂ ਲਾਉਣ ਦਾ। ਓਹੋ ਪਹਿਲਾਂ ਕੱਪੜਿਆਂ ਤੇ ਮਾਰਨ ਲੱਗ ਗਈ ਸੀਗੀ ਮਾਂ ਮੈਂ, ਨਾਲੇ ਤੂੰ ਆਏਗਾ ਤੂੰ ਬੋਲਦੀ ਨਹੀਂ ਆ, ਫਿਰ ਕੀ ਹੋ ਗਿਆ, 2 ਮਿੰਟ ਲੇਟ ਹੋ ਗਈ ਨਾ, ਤੂੰ ਤਾਂ ਸਾਰਾ ਘਰ ਸਿਰ ਤੇ ਚੱਕ ਲੈਂਦੀ ਆ। ਕੱਪੜੇ ਦਾ ਤੈਅ ਲਾਉਣ ਦਾ ਹੱਥ ਨੇ ਵੀ ਪੈਣ ਲੱਗੇ ਵੀ ਲਾ ਲੈਣੀ ਆ, ਕੰਮ ਤਾਂ ਪਹਿਲਾਂ ਕੋਈ ਆਇਆ ਗਿਆ ਦਾ ਘਰ ਆ ਸੁੱਖ ਨਾਲ। ਹੱਥ ਨੇ ਮੈਂ ਕਿੱਥੋਂ ਲਾ ਲੈਣੀ ਆ, ਹੱਥ ਨੇ ਰੋਟੀ ਟੁੱਕ ਦਾ ਕੰਮ ਹੋ ਜਾਂਦਾ, ਭਾਂਡੇ ਟਿੰਡਾਂ ਦਾ ਹੋ ਜਾਂਦਾ, ਮੈਂ ਕਿਹੜਾ ਮਸ਼ੀਨ ਆ ਗਈ, ਮੈਂ ਤਾਂ ਆਪ ਥੱਕੇ ਜਾਂਦੀ ਹਾਂ। ਨਹੀਂ ਰਾਤ ਨੂੰ ਪੈਣ ਲੱਗੇ ਕਿ 2 ਘੰਟੇ ਲੱਗਣਗੇ ਉਹਨੂੰ, ਲੇਟ 16-10 ਮਿੰਟ, ਫੋਨ ਕੌਣ ਦੇਖੂ ਫਿਰ, ਇਹ ਗੱਲ ਤਾਂ ਇਹ ਹੈ ਵਿਚਲੀ। ਨਾ ਫਿਰ ਜੇ ਫੋਨ ਦੇਖ ਵੀ ਲਿਆ ਤਾਂ ਐਡੀ ਪਹਾੜ ਬਣਾਉਣ ਵਾਲੀ ਗੱਲ ਕੀ ਆ, ਮੇਰੇ ਮਾਂ ਪਿਓ ਦਾ ਫੋਨ ਆਉਂਦਾ, ਮੇਰੇ ਭੈਣ ਭਰਾ ਦਾ ਫੋਨ ਆਉਂਦਾ, ਮੈਂ ਤਾਂ ਕਿਸੇ ਖਾਸਮ ਨੂੰ ਫੋਨ ਲਾ ਕੇ ਬੈਠੀ ਰਹਿੰਦੀ। ਫਿਰ ਉਹ ਵੀ ਚੁਗਲੀਆਂ ਕਰਨੀਆਂ ਨੇ ਫਿਰ, ਕਿੱਦਾਂ ਸੁਣ ਲਿਆ ਭਾਈ ਤੇਰੀ ਚੁਗਲੀ ਕੀਤੀ ਆ, ਜਾਂ ਤੇਰੇ ਪੁੱਤ ਦੀ ਚੁਗਲੀ ਕੀਤੀ ਆ, ਕੋਈ ਵੱਧਵੀਂ ਘਟਵੀਂ? ਮੈਂ ਕਿਹੜਾ ਕੰਨ ਲਾ ਕੇ ਸੁਣਨ ਲੱਗੀ ਆ, ਫਿਰ ਤੂੰ ਮੇਰੇ ਫੋਨ ਤੇ ਲੱਗਦੀ ਰਹਿੰਦੀ ਆ, ਮੇਰੇ ਪੇਕਿਆਂ ਨੇ ਫੋਨ ਲੈ ਕੇ ਦਿੱਤਾ, ਕਦੇ ਤੁਸੀਂ ਮੇਰਾ ਫੋਨ ਰੀਚਾਰਜ ਨਹੀਂ ਕਰਾ ਕੇ ਦਿੱਤਾ, ਉਲਟਾ ਤੁਸੀਂ ਫੋਨ ਤੇ ਮੱਚਦੇ ਰਹਿੰਦੇ ਹੋ, ਮੇਰੇ ਪੇਕਿਆਂ ਦਾ ਫੋਨ ਆਉਂਦਾ ਇਹਦੇ। ਗੱਲ ਸੁਣ, ਜੇ ਇੰਨਾ ਤਕੜਾ ਭਾਣਾ ਤੇ ਇੱਕ ਹੋਰ ਦੇਖ ਲੈਂਦੀ, ਅਸਤੇ ਭਈ ਜਿਹੋ ਜਿਹਾ ਹੈਗਾ ਰੁੱਖੀ ਮਿੱਸੇ ਖਾਣ ਵਾਲੇ ਆ, ਹੈਂ ਪਰਿਵਾਰਕ ਜਿਵੇਂ ਸਾਡੇ ਪਰਿਵਾਰ ਹੈ, ਇਹੋ ਜਿਹਾ ਕੋਈ ਹੋਣੀ ਹੈਗਾ, ਅਲ ਛਲ ਤੀਆ ਦਿਨ ਰੀਚਾਰਜ ਕਰਾ ਦਿਓ, ਹੈਂ ਖੁੱਲੇ ਕੱਫੇ ਚੱਲ ਲਓ, ਇਹ ਨਹੀਂ ਸਾਡੇ ਲਵੇ ਹੈਗਾ। ਮੇਰੀ ਗੱਲ ਸੁਣ ਲੈ, ਰੀਚਾਰਜ ਤੁਸੀਂ ਮੇਰਾ ਕਰਾ ਕੇ ਕਿੱਦਾਂ ਦਿੱਤਾ, ਨਾਲੇ ਮੇਰੀ ਗੱਲ ਸੁਣ, ਲੱਛਣ ਕਰਨ ਨੂੰ ਮੈਂ ਕਿਹੜਾ ਤੁਹਾਨੂੰ ਆਏ ਕਿ ਨਹੀਂ ਭਾਈ, ਮੈਨੂੰ ਅੱਜ ਮੀਟ ਬਣਾ ਕੇ ਦਿਓ, ਅੱਜ ਮੇਰੇ ਵਾਸਤੇ ਮਟਰ ਪਨੀਰ ਲੈ ਕੇ ਆਓ, ਕਦੇ ਕੁਛ ਲੈ ਕੇ ਆਓ, ਜਿਹੇ ਜੀ ਤੁਸੀਂ ਮੈਨੂੰ ਦਿਨ ਚੱਟਨੀ ਨਾਲ ਮੈਂ ਚੁੱਪ ਕਰਕੇ ਖਾ ਲਈ। ਰੀਚਾਰਜ ਕਦੋਂ ਕਰਾਈਏ, ਚੁਗਲੀ ਦਾ ਮਾਂ ਨਾ ਵੜਦੀ ਆ, ਬਾਪ ਨਾ ਵੜਦੀ ਆ, ਅਸੀਂ ਕਿਉਂ ਰੀਚਾਰਜ ਕਰਾ ਕੇ ਦਈਏ, ਸਾਡੇ ਕੇ ਪੁੱਠੇ ਦਿਨ ਆਏ ਨੇਗੇ। ਇਹਦਾ ਮਤਲਬ ਤਾਂ ਤੁਸੀਂ ਜੇ ਮੈਂ ਤੁਹਾਡੇ ਘਰੇ ਵਿਆਹ ਕੇ ਆ ਗਈ, ਤੁਸੀਂ ਮੈਨੂੰ ਮੁੱਲ ਲੈ ਲਿਆ ਹੈ ਨਾ, ਮੈਂ ਆਪਣੇ ਮਾਂ ਪਿਓ ਨਾਲ ਗੱਲ ਵੀ ਨਾ ਕਰਾਂ, ਆਪਣੇ ਭੈਣ ਭਾਈਆਂ ਨਾਲ ਗੱਲ ਵੀ ਨਾ ਕਰਾਂ, ਹੈ ਫੋਨ ਵੀ ਨਾ ਸੁਣਾ ਉਹਨਾਂ ਦਾ, ਹੈ ਮੈਂ ਤਾਂ ਪਹਿਲੀ ਕਹੀ ਤੇ ਉਹਨੂੰ ਕੰਜਰ ਨੂੰ ਵੀ ਪਹਿਲੀ ਕਹੀ ਚਮੜਾ ਲਏ ਇਹ ਜਾਦੇ, ਹੁਣ ਲੱਗ ਗਈ ਨਾ ਸਿਰ ਚੜ ਕੇ ਬੋਲਣ ਇਹ ਚ ਚਮਲਾਉਣ ਵਾਲੀ ਗੱਲ ਨਾ, ਜਦੋਂ ਤੈਨੂੰ ਮੈਂ ਸਹੀ ਗੱਲ ਕਹਿੰਦਾ ਸੱਚੀ ਉਦੋਂ ਤੇਰੇ ਮਿਰਚ ਲੱਗ ਜਾਂਦੀ ਆ, ਊਂ ਤੂੰ ਸਾਰਾ ਦਿਨ ਮੂੰਹ ਸੰਭਾਲ ਕੇ ਗੱਲ ਕਰੀ, ਮਿਰਚ ਲੱਗੇ ਨਾਲੇ ਕਹਾ ਕੇ ਮਿੱਠਾ ਲੱਗਿਆ। ਦੇਖ ਬੇਬੇ ਮੈਂ ਤਾਂ ਤੈਨੂੰ ਕਦੇ ਵੱਧ ਘੱਟ ਬੋਲੀ ਨਹੀਂ ਹੈਗੀ, ਮੈਂ ਤਾਂ ਤੈਨੂੰ ਆਪਦੀ ਮਾਂ ਸਮਾਨ ਸਮਝਦੀ ਸੀ, ਪਰ ਉਹ ਸਹੀ ਗੱਲ ਆ, ਲੋਕਾਂ ਨੇ ਜਿਹੜਾ ਕਿਹਾ ਨਾ ਸੱਚ ਹੀ ਕਿਹਾ ਵੀ ਜਿਹੜੀਆਂ ਸੱਸਾਂ ਹੁੰਦੀਆਂ ਉਹ ਕਦੇ ਮਾਵਾਂ ਨਹੀਂ ਬਣ ਸਕਦੀਆਂ, ਉਹਨਾਂ ਨੂੰ ਨਹੀਂ ਖਾਣਾ ਆਉਂਦਾ ਹੁੰਦਾ, ਲੱਛਣ ਤਾਂ ਤੁਹਾਡੇ ਆਪਦੇ ਨਹੀਂ ਹੈਗੇ। ਮੈਂ ਕਦੇ ਤੇਰੇ ਮੂਹਰੇ ਬੋਲੀ ਆ ਜਾਂ ਤੇਰੇ ਪੇਕਿਆਂ ਦੀ ਕੋਈ ਕਦੇ ਗੱਲ ਵੱਧ ਘੱਟ ਕੀਤੀ ਆ? ਤੂੰ ਮੇਰੇ ਪੇਕਿਆਂ ਨੂੰ ਹਰ ਟਾਈਮ ਮਾੜਾ ਚੰਗਾ ਬੋਲਦੀ ਰਹਿੰਦੀ ਹੈਗੀ। ਮੈਂ ਕਿਹੜਾ ਕਹਿੰਦੀ ਹਾਂ ਵੀ ਜੇ ਬਗਾਨੀ ਆਪਦੇ ਬਣ ਜਾਣ, ਆਪਦੇ ਨੂੰ ਕੌਣ ਯਾਦ ਕਰੇ, ਨੂੰਹਾਂ ਕਿਹੜੇ ਧੀਆਂ ਬਣ ਜਾਂਦੀਆਂ ਨੇ, ਪਰੋਸਦੇ ਮਾਂ
ਚੰਗੀ ਐ ਸੱਸ, ਹੈ ਬੈਠੇ ਨੇ ਕੱਪੜੇ ਧੋਲੇ ਹੋਏ, ਚੰਗੀ ਐ ਸੱਸ, ਤੜਕੇ ਉੱਠ ਕੇ ਚਾਹ ਬਣਾ ਕੇ ਸਹਣੇ ਰੱਖਦੇ ਤਾਂ ਸੱਸ ਚੰਗੀ ਐ, ਨਹੀਂ ਵਿਆਹ ਵਰਗੀ ਐ ਸੱਸ, ਚੁੱਲ੍ਹੇ 'ਚ ਪਵੇ। ਗੱਲ ਇਹ ਨਹੀਂ ਹੈਗੀ ਕਿ ਮੈਂ ਤਾਂ ਤੈਨੂੰ ਸਾਰਾ ਕੁਛ ਬੈਠੀ ਨੂੰ ਬਣਾ ਕੇ ਦਿੰਨੀ ਆ, ਕਦੇ ਤੇਰੇ ਤੋਂ ਕੰਮ ਕਰਵਾਇਆ ਜਾਂ ਕਦੇ ਤੈਨੂੰ ਐਂ ਕਿਹਾ ਵੀ ਭਾਈ ਦਾਲ ਸਬਜ਼ੀ ਚੀਰ ਦੇ ਜਾਂ ਤੜਕਾ ਲਾ ਦੇ, ਤੂੰ ਫਿਰ ਵੀ ਮੇਰੇ ਨਾਲ ਸੱਸਾਂ ਵਾਲੀਆਂ ਵਿਆਹਤਾ ਕਰਦੀ ਰਹਿੰਦੀ ਹੈਗੀ। ਤੈਨੂੰ ਕੰਮ ਨਹੀਂ ਕਿਹਾ, ਤੂੰ ਕਿੱਥੇ ਤੇ ਕਿੱਥੇ ਗੱਲ ਲੈ ਗਈ, ਮੈਂ ਤੈਨੂੰ ਕੰਮ ਨਹੀਂ ਕਿਹਾ ਵੀ ਕੁੜੇ ਕੱਪੜੇ ਤੈ ਬਾਅਦ 'ਚ ਲਾ ਲਈ, ਪਹਿਲਾਂ ਸੰਭਰ ਆਏਗਾ ਇਹਦਾ ਘਰ ਸੁੱਖ ਨਾਲ। ਫਿਰ ਕੰਮ ਨੂੰ ਕਿਹਾ, ਤੂੰ ਮੈਨੂੰ ਰੋਜ਼ ਕਹਿੰਦੀ ਆ, ਮੈਨੂੰ ਵੀ ਤਾਂ ਦੇਣਾ, ਮੇਰੇ ਰੱਬ ਨੇ ਦੋ ਅੱਖਾਂ ਲਾਈਆਂ, ਕਾਹਦੇ ਵਾਸਤੇ ਲਾਈਆਂ, ਇਹ ਦੇਖਣ ਵਾਸਤੇ ਲਾਈਆਂ, ਮੈਨੂੰ ਵੀ ਪਤਾ ਜਦੋਂ ਮੈਂ ਹੀ ਕੰਮ ਕਰਨਾ ਗਾ ਵੀ ਸਾਰਾ ਵੀ ਮੈਂ ਟਾਈਮ ਨਾਲ ਕਰ ਲੂੰਗੀ, ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਆਪ ਨੂੰ। ਫਿਰ ਕੀ ਹੋ ਗਿਆ ਜੇ 10 ਮਿੰਟ ਮੈਂ ਬੈਠ ਵੀ ਗਈ ਅੰਦਰ, ਕਿਹੜਾ ਜਾਨ ਨਿਕਲ ਗਈ। ਤੂੰ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦੀ, ਉਹ ਗੱਲ ਹੋ ਗਈ, ਬਿਸ਼ਰਮਾ ਦੀ ਰੁੱਲ ਗਈ ਦਾਲ, ਅਸੀਂ ਡੋਲ ਡੋਲ ਖਾਂਦੇ ਹਾਂ, ਉਹ ਕੰਮ ਤੇਰਾ ਹੈ। ਵੀ ਜੇ ਤਾਂ ਮੈਂ ਜਿੰਨਾ ਮਰਜ਼ੀ ਕਰੀ ਜਾਵਾਂ, ਤੇਰੇ ਤੈਨੂੰ ਤੂੰ ਨਹੀਂ ਗੁਣ ਜਾਣਦੀ, ਮਾਂ ਤੇਰੀ ਨਾ ਬਸ ਸ਼ਿਕਸ਼ਾ ਦੇਈ ਜਾਵੇ, ਤੂੰ ਸੱਸ ਨੂੰ ਐਂ ਕਰਿਆ ਕਰ, ਸੱਸ ਨਾਲ ਐਂ ਬੋਲਿਆ ਕਰ, ਮੂਹਰੇ ਬੋਲਿਆ ਕਰ, ਉਹ ਜੀ ਤੂੰ ਮੇਰੇ ਪੁੱਤ ਨੂੰ ਬਖਸ਼ਦੀ ਹੋਵੇਂਗੀ, ਜਿਹੜੇ ਤੂੰ ਮੇਰੇ ਮੂਹਰੇ ਬੋਲਦੀ ਹੈ ਉਹਨੂੰ ਕੀ ਬਖਸ਼ਦੀ ਹੋਵੇਂ ਭਗਤ ਨੂੰ ਮੇਰੇ ਨੂੰ। ਨਹੀਂ ਮੇਰੀ ਮਾਂ ਨੇ ਕਿੱਦਣ ਪੁੱਠੀ ਸਿੱਖਿਆ ਦੇਤੀ, ਕਿੱਦਣ ਤੂੰ ਸੁਣ ਲਿਆ ਵੀ ਮੇਰੀ ਮਾਂ ਕਹਿੰਦੀ ਆਪਦੀ ਸੱਸ ਨੂੰ ਰੋਟੀ ਨਾ ਫੜਾਈ ਜਾਂ ਭਾਈ ਉਹਨੂੰ ਦਾਲ ਪਾਣੀ ਨਾ ਟਾਈਮ ਸਿਰ ਬਣਾ ਕੇ ਦੇ, ਤੂੰ ਤਾਂ ਉਈ ਮੇਰੀ ਮਾਂ ਤੇ ਚੜੀ ਫਿਰਦੀ ਹੈਗੀ, ਤੁਹਾਨੂੰ ਤਾਂ ਬਸ ਇਕੱਲੇ ਮੇਰੇ ਪੇਕੇ ਦਿੰਦੇ ਆ, ਤੈਨੂੰ ਆਪਦੀ ਕੁੜੀ ਜਾਂ ਆਪਦੀਆਂ ਰਿਸ਼ਤੇਦਾਰੀਆਂ ਨਹੀਂ ਦਿੰਦੀਆਂ, ਜਿਹੜੇ ਸੌ ਸੌ ਆ ਕੇ ਮੈਨੂੰ ਉਂਗਲਾਂ ਲਾਉਂਦੇ ਆ ਵੀ ਤੂੰ ਇਹਨਾਂ ਦੇ ਘਰੇ ਕਿੱਥੇ ਫਸ ਗਈ। ਅੱਛਾ ਇੱਥੇ ਮਰਾਉਣਾ ਤੇ ਉਂਗਲਾਂ ਲਾਉਣ ਵਾਲੇ, ਜਿਹੇ ਜਿਹੇ ਆਪ ਹੁੰਦੇ ਨੇ ਉਹ ਜਿਹੇ ਦੂਏ ਨੂੰ ਕਹਿ ਦਿੰਦੇ ਨੇ, ਮੈਂ ਤੈਨੂੰ ਦੱਸਾਂ ਹੋ ਗਿਆ ਉਹੀ ਕੰਮ ਆ ਗਿਆ ਤੇਰਾ ਪੁੱਤ ਪਾ ਦੇ ਇਹਦੇ ਹਾਰ ਜਿਹੜੇ ਪਾਉਣੇ ਆ, ਜਿੱਦੋਂ ਮੈਂ ਡਰਦਾ ਦੀ ਉੱਥੇ ਤੱਕ ਸੁਣਦੀ ਉਹ ਬੋਲਦੀਆਂ, ਅੱਧਾ ਪਿੰਡ ਖੜਿਆ ਉਰੇ ਆ ਕਰਦਾ, ਮੇਰੀ ਗੱਲ ਸੁਣੋ ਜੀ, ਆ ਦੇਖ ਲਓ ਤੈਨੂੰ ਕੀ ਕਿਹਾ ਤੇ ਵੀ ਸਮਝਾ ਕੇ ਰੱਖ, ਹੈ ਆ ਦੇਖ ਲੈ ਕਿਵੇਂ ਸਿਰ ਚੜ ਕੇ ਬੋਲ ਰਹੀ ਆ। ਕੀ ਕਿਹਾ ਇਹਨੇ ਤੈਨੂੰ, ਸਾਰਾ ਘਰ ਦਾ ਕੰਮ ਕਰਦੀ ਐ, ਹੋਰ ਕੀ ਭਾਲਦੀ ਐ, ਤੂੰ ਤੋਂ ਜ਼ੁਲਮ ਕਰਦੀ ਐ ਤੇ ਉਹ ਰਹਿਣ ਦੇ ਮਾਂ, ਹੱਥ ਬੰਨੇ ਤੇਰੇ ਮੂਹਰੇ ਕਹਿੰਗੀ ਤੂੰ, ਦੇਖਣ ਜੇ ਨਾ ਕਰ, ਉਹ ਕੀ ਵਿਗਾੜੇ ਨੇ ਤੇਰਾ ਵਿਚਾਰੀ ਨੇ, ਕਿਉਂ ਇੰਨਾ ਜ਼ੁਲਮ ਕਰਦੀ ਆ, ਜੀ ਤੋਂ ਬਿਨਾ ਤੈਨੂੰ ਇਹ ਨਹੀਂ ਬੋਲਦੀ ਵਿਚਾਰੀ, ਪਤਾ ਨਹੀਂ ਕਿ ਤੇਰੇ ਸਿਰ 'ਚ ਪਾਤਾ ਕੁਛ ਕਰਾ ਕੇ, ਦੇਖਾ ਦੇਖਾ ਲੱਗ ਗਿਆ ਉਹ ਬੋਲੀ ਬੋਲਣ। ਸਹੀ ਗੱਲ ਕਹੀ ਆ ਕਿਸੇ ਨੇ, ਜੇ ਸੱਸਾਂ ਮਾਵਾਂ ਵੜ ਜਾਣ ਨਾ ਅਗਲੀ ਮਾਂ ਨੂੰ ਭੁੱਲ ਜਾਂਦੀ ਆ ਅੱਧੀ ਨੂੰ, ਪਰ ਸਹੀ ਗੱਲ ਕਹੀ ਆ ਲੋਕਾਂ ਨੇ, ਮੈਂ ਇਹਦੇ ਕੀ ਗੋਲੀ ਮਾਰੀ, ਆ ਮੈਂ ਅੱਖੀ ਦਾ ਦੇਖ ਲਈ, ਹਾਂ ਬੜਕ ਬੜਕ ਪੈਣ ਲੈ ਰਹੀ ਆ, ਹਾਂ ਇਹ ਤਾਂ ਬੋਲਦੀ ਨੇ ਨਾ, ਇਹ ਨਹੀਂ ਬੋਲਦੀ, ਤੂੰ ਵੀ ਮਾਂ ਕਿਸੇ ਦੀ ਧੀ ਦੀ, ਜੇ ਤੇਰੇ ਤੇ ਕੋਈ ਜ਼ੁਲਮ ਕਰਦਾ ਫੇਰ ਆ, ਇਹ ਵੀ ਕਿਸੇ ਦੀ ਧੀ ਹੈ, ਸੋਚ ਮਾੜਾ ਮੋਟਾ, ਜੇ ਕੋਈ ਤੇਰੀ ਕੁੜੀ ਨਾਲ ਐਵੇਂ ਕਰੇ ਫੇਰ ਆ। ਚੱਲ ਪੁੱਤ ਮਾਫ ਕਰ ਦੇ ਮੈਨੂੰ, ਮੈਥੋਂ ਨਾ ਮਾਫੀ ਮੰਗਵਾ, ਮਾਫੀ ਦੇ ਤੂੰ ਮੰਗ ਜੇ ਮੰਗਣੀ ਆ, ਹੁਣ ਨਹੀਂ ਮੈਂ ਕੁਛ ਕਹਿੰਦੀ ਹੈਗੀ, ਮਾਂ ਮੇਰੀ ਧੀ ਆ, ਹੁਣ ਤੇ ਬਣਾ ਕੇ ਰੱਖੂ ਮੈਂ, ਮਾਫੀ ਨਾ ਮੰਗ ਤੂੰ ਮੇਰੇ ਤੋਂ ਮਾਫੀ ਮੰਗਦੀ, ਤੂੰ ਸੋਹਣੀ ਨਹੀਂ ਲੱਗਦੀ ਹੈਗੀ। ਨਹੀਂ ਮਾਂ ਫੇਰ ਕੀ ਹੁੰਦਾ, ਮੈਂ ਕਦੇ ਤੇਰੀ ਗੱਲ ਦਾ ਗੁੱਸਾ ਨਹੀਂ ਕੀਤਾ ਹੈਗਾ, ਗੁੱਸੇ 'ਚ ਵੱਧ ਘੱਟ ਬੋਲਿਆ ਜਾਂਦਾ ਹੈਗਾ। ਚੱਲ ਕੋਈ ਨਾ ਪੁੱਤ, ਮੇਰੀ ਬੀਪੀ ਵੱਧ ਜਾਂਦਾ ਤੈਨੂੰ ਪਤਾ ਹੀ ਹੈ, ਜੇ ਮੈਥੋਂ ਗੱਲ ਚੱਲੀ ਨਹੀਂ ਜਾਂਦੀ, ਠੀਕ ਹੈ ਮਾਫ ਕਰ ਦੇ ਮੈਨੂੰ ਹੁਣ। ਨਹੀਂ ਮਾਂ ਤੂੰ ਮੇਰੇ ਤੋਂ ਮਾਫੀ ਨਾ ਮੰਗ, ਮਾਫੀ ਤਾਂ ਮੈਨੂੰ ਤੇਰੇ ਤੋਂ ਮੰਗਣੀ ਚਾਹੀਦੀ ਆ, ਮੈਂ ਤੈਨੂੰ ਗੁੱਸੇ 'ਚ ਆ ਕੇ ਵੱਧ ਘੱਟ ਬੋਲਦੀ ਹਾਂ। ਚੱਲ ਸ਼ੁਕਰ ਹੈ ਤੁਹਾਨੂੰ ਦੋਹਾਂ ਨੂੰ ਅਕਲ ਤਾਂ ਆ ਗਈ ਟਾਈਮ ਨਾਲ, ਕੋਈ ਨਾ ਪੁੱਤ ਉਹ ਰਲ ਮਿਲ ਕੇ ਰਿਹਾ ਕਰੋ, ਇਹਦਾ ਲੋਕਾਂ ਨੂੰ ਜਿੰਨਾ ਮਰਜ਼ੀ ਜਲੂਸ ਦਿਖਾਈ ਜਾਓ। ਠੀਕ ਹੈ, ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਆਹ ਕਹਾਣੀ, ਜੇ ਤੁਹਾਨੂੰ ਵਧੀਆ ਲੱਗੀ ਹੈ ਨਾ ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਸ਼ੇਅਰ ਕਰ ਦਿਓਗੇ, ਮਿਲਦੇ ਹਾਂ ਆਪਾਂ ਨਵੀਂ ਕਹਾਣੀ ਦੇ ਨਾਲ, ਧੰਨਵਾਦ।